ਸ਼ਸ਼ੀਕਲ ਜੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਸੈਕੰਡ ਵੀਡੀਓ ਲੈ ਕੇ ਲਾਈਵ ਹੋਏ ਆ ਪਹਿਲਾਂ ਤੁਹਾਨੂੰ ਜਿਵੇਂ ਅਸੀਂ ਸਵੇਰੇ ਦਿਖਾਈ ਸੀ ਵੀਡੀਓ ਅਨਸਟਿਚ ਦੇ ਵਿੱਚ ਪੀਸ ਸੀਗੇ ਬਿਲਕੁਲ ਲੇਟੈਸਟ ਕਲੈਕਸ਼ਨ ਹੁਣ ਤਾਂ ਅਸੀਂ ਦਿਖਾਉਣ ਜਾ ਰਹੇ ਹਾਂ ਸੈਮੀ ਸਟਿਚ ਦੇ ਵਿੱਚ ਪੀਸ ਆਏ ਨੇ ਸੈਮੀ ਸਟਿਚ ਨੇ ਵਿੱਚ ਕੁਝ ਰੈਡੀ ਮੇਡ ਵੀ ਹੋਣਗੇ मोस्टली ਸਾਰੇ ਸੈਮੀ ਸਟਿਚ ਨੇ ਸੈਮੀ ਸਟਿਚ ਦੇ ਵਿੱਚ ਕੀ ਹੁੰਦਾ ਕਿ ਸਾਈਜ਼ ਇਜ਼ੀਲੀ ਮਤਲਬ ਕੋਈ ਵੀ ਆਪਾਂ ਨੂੰ ਸਾਈਜ਼ ਮਿਲ ਜਾਣਾ ਜਿਵੇਂ 40 42 ਤੱਕ ਆਪਾਂ ਨੂੰ ਰੈਡੀਮੇਡ ਵੀ ਮਿਲ ਜਾਂਦੇ ਨੇ 44 46 48 ਤੱਕ ਇਹ ਇਜ਼ੀਲੀ ਬਣ ਜਾਂਦੇ ਮਤਲਬ ਇਹ ਤੇ ਇਹਨਾਂ ਦੇ ਨੀਚੇ ਲੋਰ ਵਗੈਰਾ ਸਾਰਾ ਸਟਿਚ ਹੁੰਦਾ ਤੇ ਸ਼ਰਟਾਂ ਤੁਸੀਂ ਆਪਣੀ ਮਰਜ਼ੀ ਨਾਲ ਸਟਿਚ ਕਰਾਣੀਆਂ ਹੁੰਦੀਆਂ ਨੇ ਤੇ ਇਹਨਾਂ ਵਾਸਤੇ ਤੁਸੀਂ ਜਿਹੜਾ ਸਾਡੇ ਨੰਬਰ ਨੇ ਸਟੋਰ ਦੇ ਉਹ ਤਿੰਨ ਨੰਬਰ ਨੋਟ ਕਰ ਲਓ ਇਹ ਸਾਡੇ ਤਿੰਨ ਨੰਬਰ ਨੇ ਇਹਨਾਂ ਤਿੰਨਾਂ ਨੰਬਰਾਂ ਤੇ ਵਟਸਐਪ ਚੱਲਦਾ ਤੁਹਾਨੂੰ ਕੋਈ ਵੀ ਚੀਜ਼ ਚੰਗੀ ਲੱਗਦੀ ਹੈ ਤੁਸੀਂ ਜੋ ਮੰਗਾਣੀ ਚਾਹੁੰਦੇ ਹੋ ਉਹ ਮੈਥਡ ਇਹ ਹੁੰਦਾ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਤੁਸੀਂ ਆਪਣੇ ਮੋਬਾਈਲ ਤੋਂ ਸਕਰੀਨਸ਼ਾਟ ਲੈ ਲਓ ਉਹਦਾ ਸਕਰੀਨਸ਼ਾਟ ਲੈ ਕੇ ਤਿੰਨਾਂ ਨੰਬਰਾਂ ਚੋਂ ਕਿਸੇ ਵੀ ਇੱਕ ਨੰਬਰ ਤੇ ਚਾਹੇ ਇੱਕ ਨੰਬਰ ਜਾਂ ਦੋ ਨੰਬਰ ਤਿੰਨ ਨੰਬਰ ਤੇ ਕਿਸੇ ਦੇ ਪਿਕ ਭੇਜ ਕੇ ਉਹ ਤੁਸੀਂ ਆਪਣਾ ਪੀਸ ਮਗਾ ਸਕਦੇ ਹੋ ਅਗਰ ਤੁਸੀਂ ਇੰਡੀਆ ਮੰਗਾਣਾ ਚਾਹੁੰਦੇ ਹੋ ਤਾਂ ਤਿੰਨ ਤੋਂ 4 ਦਿਨ ਲੱਗਦੇ ਨੇ ਅਗਰ ਤੁਸੀਂ ਆਊਟ ਆਫ ਇੰਡੀਆ ਮੰਗਾਣਾ ਚਾਹੁੰਦੇ ਹੋ ਤਾਂ 7 ਤੋਂ 8 ਦਿਨ ਲੱਗਦੇ ਨੇ ਅਗਰ ਤੁਸੀਂ ਪੇਮੈਂਟ ਇੰਡੀਆ ਤੋਂ ਕਰਨੀ ਚਾਹੁੰਦੇ ਹੋ ਤੇ ਤੁਸੀਂ ਸਾਡੇ ਬਲਬੀਰ ਸਟੋਰ ਦੇ ਅਕਾਊਂਟ ਵਿੱਚ ਪੇਮੈਂਟ ਪਾ ਸਕਦੇ ਹੋ Paytm ਤੇ Google Pay ਇਹ ਕਰ ਸਕਦੇ ਹੋ ਮਤਲਬ ਆਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਆਊਟ ਆਫ ਇੰਡੀਆ ਪੇਮੈਂਟ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਆਪਣਾ ਪੇਮੈਂਟ ਜਿਹੜੀ ਹੈਗੀ ਆ ਉਹ Western Union, MoneyGram, Ria ਜਾਂ ਉਹਦੇ ਬਾਅਦ ਸਾਡੇ ਕੋਲੇ ਸੇਵਿੰਗ ਅਕਾਊਂਟ ਹੁੰਦੇ ਨੇ ਤੁਸੀਂ ਉਹਨਾਂ ਵਿੱਚ ਵੀ ਪੇਮੈਂਟ ਪਾ ਸਕਦੇ ਹੋ ਜੀ ਤਾਂ ਇਹ ਮੈਥਡ ਨੇ ਪੇਮੈਂਟ ਦੇ ਲੋ ਜੀ ਵੀਡੀਓ ਸ਼ੁਰੂ ਕਰ ਰਹੇ ਤਾਂ ਸਭ ਤੋਂ ਪਹਿਲਾਂ ਦਿਖਾ ਰਿਆਂ येलो ਕਲਰ ਦੇ ਵਿੱਚ ਇਹ ਜਿਵੇਂ ਕੋ ਪਹਿਲਾਂ ਆ ਰਿਆ ਸੀਗਾ ਹੌਟ ਪਿੰਕ ਕਲਰ ਅੱਜ ਇਹ ਚ ਸਪੈਸ਼ਲ येलो ਕਲਰ ਮੰਗਾਇਆ ਜਿਵੇਂ ਕਸਟਮਰ ਨੇ ਕਿਸੇ ਨੇ ਹਲਦੀ ਦੇ ਫੰਕਸ਼ਨ ਦੇ ਪਾਣਾ ਹੁੰਦਾ ਵਾ ਇਹ ਬਿਲਕੁਲ ਡਿਫਰੈਂਟ ਜੀ ਡਰੈਸ ਹੈਗੀ ਹੈ ਜਿਹੜੀ ਇਹ ਪਿਓਰ ਜੌਰਜਟ ਹੈ ਤੇ ਬਿਲਕੁਲ ਲਾਈਟ ਵੇਟ ਕਨਸੈਪਟ ਬਣਾਈ ਹੈ ਲਾ ਦੋ ਰੰਗ ਹੈ येलो ਕੱਠੇ ਬਾਦੇ ਤੁਸੀਂ ਦੇਖਿਆ ਕਰੋ ਇਹ ਆ ਦੇਖੋ येलो ਕਲਰ ਦੇ ਉੱਤੇ ਪਹਿਲਾਂ ਤਾਂ نیچے ਸਕਰਟ ਆਏਗੀ ਕਰੀਮ ਦੇ ਉੱਤੇ येलो ਤੇ ਰੈਡ ਮੈਂਟਾ ਦੀ ਪ੍ਰਿੰਟਿੰਗ ਹੈ ਸਾਰੀ ਇਹ ਡਾਈਂਗ ਵੱਲੋਂ ਇਹਦੇ ਉੱਪਰ ਹੀ ਐਮਬਰਾਇਡਰੀ ਹੈ ਇਹ ਸਾਰੀਆਂ ਕਲੀਆਂ ਨੇ ਜਿਹੜਾ ਜੁਆਇੰਟ ਆਏਗਾ ਕਲੀਆਂ ਦਾ ਪੂਰਾ ਫਲੇਅਰ ਆਏਗਾ ਸਕਰਟ ਦੇ ਵਿੱਚ ਪੂਰੀ ਐਮਬਰਾਇਡਰੀ ਹੈ ਸਾਰਾ ਨਾ ਤੇਲਾਕਾਰੀ ਦਾ ਕੰਮ ਹੈ ਇਹਦੇ ਵਿੱਚ ਲਾਈਟ ਵੇਟ ਹੈ ਲੁੱਕ ਹੈਵੀ ਹੈ ਲੇਕਿਨ ਇਹਦਾ weight ਨਹੀਂ ਹੈਗਾ ਬਿਲਕੁਲ ਵੀ ਇਹਦੇ ਨਾਲ yellow shirt ਆ ਰਹੀ ਹਸਤਾ ਜੀ ਜੇ ਮੈਂ ਆਪਾਂ ਮਹਿੰਦੀ ਦੇ ਫੰਕਸ਼ਨ ਆਪਣਾ ਹਲਦੀ ਦੇ ਫੰਕਸ਼ਨ ਵਾਸਤੇ ਲੈਣਾ ਬਹੁਤ ਪਿਆਰਾ ਕਨਸੈਪਟ ਹੈ ਜੀ ਇਹਦਾ ਇਹ ਥੋੜੀ ਜੀ ਨਾਰਮਲ ਲੈਂਥ ਦੇ ਵਿੱਚ ਸ਼ਰਟ ਆਏਗੀ ਤੇ ਇਹਦੇ ਵਿੱਚ ਪੂਰੀ ਐਮਬਰਾਇਡਰੀ ਹੈ ਫਰੰਟ ਉੱਤੇ ਉੱਪਰ ਬਟਨ ਇਹ ਸਵਿਚਿੰਗ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਕਰਾਣੀਆਂ ਨੂੰ ਦੁਪੱਟਾ ਨਾਲ ਸੇਮ ਇਸ ਤਰ੍ਹਾਂ ਜਿਵੇਂ ਲੋਰ ਹੈਗਾ ਉਸ ਤਰ੍ਹਾਂ ਡਾਈੰਗ ਦੇ ਵਿੱਚ ਦੁਪੱਟਾ ਦਾ ਡਾਈੰਗ ਸੇਮ ਹੈ ਲੇਕਿਨ ਐਮਬਰਾਇਡਰੀ ਚੇਂਜ ਹੈ ਇਹਦੇ ਵਿੱਚ ਲਹਿਰੀ-ਲਹਿਰੀ ਐਮਬਰਾਇਡਰੀ ਪੂਰੀ ਤੇ ਚਾਰੇ ਪਾਸੇ ਬਾਰਡਰ ਹੈ ਵਿਦ ਸਕੇਲਪਿੰਗ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਪਿਓਰ ਜਾਰਜਟ ਦਾ ਕਨਸੈਪਟ ਹੈ ਸਾਰਾ ਜੀ ਇਹਦਾ ਇਹ ਜਿਹੜੀ ਜਾਰਜਟ ਹੁੰਦੀ ਹੈ ਉਹ ਤਕਰੀਬਨ 60 ਗ੍ਰਾਮ ਪਲੱਸ ਹੁੰਦੀ ਹੈ ਇਹ ਵਾਸ਼ੇਬਲ ਹੁੰਦੀ ਹੈ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਜਿੰਦਾ ਮਰਜੀ ਵਾਸ਼ ਕਰ ਸਕਦੇ ਆ ਦੇਉ ਭਾਜੀ ਪ੍ਰਾਈਸ ਕੀ ਨਿਕਲਿਆ ਆਈਟਮ ਨੰਬਰ 1 ਹੈ ਪ੍ਰਾਈਸ ਇਹਦਾ ਪਵੇਗਾ 1090 ਰੁਪਏ ਜੀ ਇਹ ਟੋਟਲ ਹੈਵੀ ਲੁੱਕ ਦੇ ਵਿੱਚ ਕਨਸੈਪਟ ਆਏਗਾ ਸਾਰਾ ਇਹਦਾ ਨੈਕ ਚਲੋ ਸਰ ਲੋ ਜੀ ਸੈਕੰਡ ਵੀ ਤੁਹਾਨੂੰ ਇਸੇ ਕਲਰ ਦੇ ਵਿੱਚ ਦੁਹਾਰਿਆ ਪੀਸ ਮੈਂ ਕਹਾਂ ਵੀ ਚਲੋ ਜਿਵੇਂ ਕਸਟਮਰ ਨੇ ਦੋ ਪੀਸ ਕਰਨੇ ਸੀ ਨਾ yellow ਕਲਰ ਦੇ ਵਿੱਚ ਮੈਂ ਕਹਾਂ ਨਾਲ ਦੂਜਾ ਵੀ yellow ਹੀ ਸ਼ੋ ਕਰਦੀ ਪੀਸ ਇਹ ਆਏਗਾ ਸ਼ਰਾਰੇ ਦੇ ਵਿੱਚ ਕਨਸੈਪਟ ਆਏਗਾ ਇਹਦਾ ਨੀਚੇ ਜਿਹੜੀ ਲੋਅਰ ਆਏਗਾ ਲੇਅਰ ਦੇ ਉੱਤੇ ਸਾਰੀ ਇਸ ਤਰ੍ਹਾਂ ਐਮਬਰਾਇਡਰੀ ਆਏਗੀ ਇਹਦੇ ਵਿੱਚ ਇਹ ਤਿੰਨ ਸਟੇਟ ਦੇ ਵਿੱਚ ਤਿੰਨ ਲੋਰ ਆਏ ਕਿਸਤਾ نیچے ਬਾਰਡਰ ਆ ਗਿਆ ਈਕੋ ਪਰ 28 ਤੱਕ ਆਏਗਾ ਫਿਰ ਉੱਪਰ ਸਾਰੀ ਉਨੀਕਰ ਸਟਾਈਲ ਆਈ ਕਿ ਸਾਰਾ ਇਹਦੇ ਉੱਪਰ ਈ ਐਮਬਰਾਇਡਰੀ ਹੈ ਗੋਟੇ ਦੀ ਆ ਐ ਹੌਟ ਪਿੰਕ ਕਲਰ ਦੀ ਆ ਤੇ yellow ਕਲਰ ਦੀ ਆ ਦੇਖੋ ਸਾਰੀਆਂ ਸਤਨਾ ਛੜੀਆਂ ਬਣੀਆਂ ਨੇ ਐਮਬਰਾਇਡਰੀ ਦੀਆਂ نیچے ਫਿਰ ਇਹਦੇ ਫਰਲ ਦਿੱਤੀ ਹੋਈ ਆ ਇਹਦੇ ਉੱਤੇ ਸ਼ਰਟ ਤੇ ਸਿਰਫ ਅਸੀਂ ਹਲਕੀ ਜੀ ਪੇਸਟਿੰਗ ਕਰਾਣੇ ਆ ਤੇ neck ਉੱਤੇ ਹਲਕਾ ਜਿਹਾ ਹੈਂਡਵਰਕ ਟੱਚਿੰਗ ਦੇਈ ਦੀ ਆ ਤਾਂ ਕਿ ਥੋੜੀ ਜੀ ਲੁੱਕ ਡਿਫਰੈਂਟ ਲੱਗ ਸਕੇ ਆ ਦੇਖੋ ਸਾਰਾ ਹੈਂਡਵਰਕ ਇਹਦੇ ਚ ਆ ਲੁੱਕ ਆ ਗਈ ਪੂਰਾ ਦੇਖੋ ਲੋਰ ਵੀ ਨਜ਼ ਦੁਪੱਟਾ ਬਹੁਤ ਹੀ ਪਿਆਰਾ ਹੈ ਦਾ ਦੁਪੱਟੇ ਦਾ ਚੇਂਜ ਕਰਤਾ ਪੈਟਰਨ ਜੀ ਦਾ ਹੁਣ ਦੁਪੱਟੇ ਦੇ ਵਿੱਚ ਨਾ ਇਸ ਤਰ੍ਹਾਂ ਡਾਇਗਨਲ embroiderry ਹੈ ਬਟੇ ਪੂਰਾ ਦੁਪੱਟਾ ਖੋਲ ਦੇ ਉੱਪਰ ਤੱਕ ਮੜਾ ਈ ਘਾਰੇ ਮੇਰਾ ਆ ਆ ਦੇਖੋ ਪੂਰੀ ਡਾਇਗਨਲ ਪੱਲਿਆਂ ਤੇ ਪੂਰੀ embroiderry ਇਸ ਤਰ੍ਹਾਂ ਵਿੱਚ ਪੂਰੇ ਬੂਟੇ ਆਣਗੇ ਹਾਂ ਆ ਲੁੱਕ ਆਏਗੀ ਪੂਰੇ ਦੁਪੱਟੇ ਦੇਖੋ ਇਸ ਤਰ੍ਹਾਂ ਹੈਵੀ ਲੁੱਕ ਦੇ ਵਿੱਚ ਆਈਟਮ ਹੈ ਔਰ ਪ੍ਰਾਈਸ ਵੀ ਇਹਦਾ ਰਿਸਨ ਮਤਲਬ ਪਿਓਰ ਚਨਾਉਂਚਫੋਨ ਫੈਬਰਿਕ ਹੈ ਜੀ ਇਹਦਾ ਸੂਟਾਂ ਵਾਲੀ ਕੁਆਲਿਟੀ ਹੁੰਦੀ ਹੈ ਆਈਟਮ ਨੰਬਰ 2 ਹੈ ਜੀ ਪ੍ਰਾਈਸ ਪਏਗਾ 6150 ਇਹ ਵੀ ਲੋਅਰ ਸਟਿਚ ਹੈ ਦੁਬਟਾ ਤਿਆਰ ਹੈ ਸ਼ਰਟ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ ਆਪਣੇ ਬੁਟੀਕ ਹੁੰਦੇ ਨੇ ਜਾਂ ਕਿਤੇ ਵੀ ਤੁਸੀਂ ਸਟਿਚ ਕਰਾਉਣਾ ਉਹ ਕਰਾ ਸਕਦੇ ਹੋ ਜੀ ਨੈਕਸਟ ਚਲੋ ਸਰ ਜਿਹੜਾ ਤੀਸਰਾ ਕਨਸੈਪਟ ਆਏਗਾ ਉਹ ਕੰਟਰਾਸਟ ਦੇ ਵਿੱਚ ਆਇਟਮ ਆਈ ਜੀ ਲਈ ਇਹ ਵੀ ਚੀਜ਼ ਮੇਰੇ ਕੋਲੇ ਬਹੁਤ ਅੱਛੀ ਸੇਲ ਹੋ ਰਹੀ ਹੈ ਜੀ ਐਕਚੁਅਲੀ ਇਹ ਆਈਟਮ ਹੀ ਫਸਟ ਟਾਈਮ ਆਈ ਆ ਤੁਸੀਂ ਇਹ ਲੋਅਰ ਜਿਹੜਾ ਦੇਖ ਰਹੇ ਹੋ ਇਹ ਤੁਸੀਂ ਪਹਿਲਾਂ ਆਈਡੀਆ ਦੇਖਿਆ ਹੋਵੇਗਾ ਲੇਕਿਨ ਇਹਦੇ ਵਿੱਚ ਕੀ ਚੀਜ਼ਾਂ ਚੇਂਜਿੰਗ ਕੀ ਆ ਗਈਆਂ ਪਹਿਲਾਂ ਤਾਂ ਸਟੇਟ ਦੇ ਵਿੱਚ ਆ ਰਿਆ ਸੀ ਇਹ ਉਹਨਾਂ ਨੇ ਸਾਰਾ ਪਹਿਲਾਂ ਕਲੀਆਂ ਨੂੰ ਜੁਆਇੰਟ ਕੀਤਾ ਵਾ ਫਿਰ ਇਹਦੇ ਉੱਪਰ ਐਮਬ੍ਰੋਇਡਰੀ ਕੀਤੀ ਹੈ ਦੇਖੋ ਸਾਰੀਆਂ ਕਲਾ ਕਲੀਆਂ ਜੁਆਇੰਟ ਕਰਕੇ ਫਿਰ ਪੂਰੀ ਐਮਬ੍ਰੋਇਡਰੀ ਹੈ 1 2 3 4 ਤਰ੍ਹਾਂ ਦੇ ਬਾਰਡਰ ਨੇ ਫਿਰ ਉੱਪਰ ਇੱਕ ਓਪਨ ਬਾਰਡਰ ਹੈ ਇਹਦੇ ਵਿੱਚ ਲੈਦਰ ਪੱਤੀ ਦਾ ਕੰਮ ਹੈ ਗੋਟੇ ਦਾ ਕੰਮ ਹੈ 파ਰਸੀ ਦਾ ਕੰਮ ਹੈ ਤੇ ਨਾਲ-ਨਾਲ ਡੋਰੀ ਗੋਟੇ ਦਾ ਕੰਮ ਹੈ ਪੂਰਾ ਕਲੀਆਂ ਦੇ ਵਿੱਚ ਇਹ ਪਲਾਜ਼ੋ ਆਏਗਾ ਜਿਹਨੂੰ ਆਪਾਂ ਜ਼ਾਫਾ ਵੀ ਕਹਿ ਦਿੰਦੇ ਹਾਂ ਪੂਰਾ ਫਲੇਅਰ ਦੇ ਵਿੱਚ ਜਿਹੜੀ ਇਹਦੇ ਸ਼ਰਟ ਆ ਰਹੀ ਨੇ ਸ਼ਰਟ ਆ ਰਹੀ ਤਾਣਾ ਵਾਰਾ ਦੇ ਵਿੱਚ ਮੋਸਤੀ ਕੀ ਚੀਜ਼ ਸੀ ਸ਼ਰਟ ਆ ਰਹੀ ਸੀ ਬਨਾਰਸੀ ਦੇ ਵਿੱਚ ਇਹ ਨਿਕਲ ਰਹੀ ਹੈ ਹੁਣ ਨੂੰ ਸਿਲਕ ਨਹੀਂ ਫੈਬਰਿਕ ਹੈਗਾ ਇਹ ਜਾਰਜਨ ਨਹੀਂ ਔਰਗੈਂ ਬਿਲਕੁਲ ਨਿਊ ਡਿਜ਼ਾਈਨ ਹੈ ਔਰਗੈਂਜ਼ਾ ਔਰਗੈਂਜ਼ਾ ਵੈਸੇ ਬਹੁਤ ਚੱਲ ਰਹੀ ਹੈ ਲੇਕਿਨ ਸੈਮੀ ਸਿਚ ਦੇ ਵਿੱਚ ਲੇਟੈਸਟ ਹੈ ਇਹਦੇ ਉੱਪਰ neck ਦੇ ਉੱਪਰ ਸਾਰੀ ਮਲਟੀ ਹੈਡ ਦੀ ਐਮਬਰਾਇਡਰੀ ਹੈ نیچے ਵੀਵਿੰਗ ਆਏਗੀ ਆ ਦੇਖੋ ਲੋਰ ਵੀ ਨਜ਼ਰ ਆ ਰਿਹਾ ਤੇ ਦੁਪੱਟਾ ਨਾਲ ਅਸੀਂ ਦੇ ਰਹੇ ਪਿਓਰ ਔਰਗੈਂਜ਼ਾ ਦਾ ਹੀ ਚਨਾਉਨ ਸ਼ੋਨ ਨਹੀਂ ਹੈਗਾ ਔਰਗੈਂਜ਼ਾ ਦਾ ਦੁਪੱਟਾ ਚਾਰੇ ਪਾਸੇ ਪੂਰੀ ਐਮਬਰਾਇਡਰੀ ਹੈ ਬਾਰਡਰ ਸਾਰਾ ਐਮਬਰਾਇਡਰੀ ਦਾ ਐਕਸਕਲੂਸਿਵ ਟੇਸਟ ਬਹੁਤ ਸੁਪਰ ਆਈਟਮ ਹੈ ਬੜੇ ਪੱਕਾ ਲੱਗਦਾ ਉੱਪਰ ਇੱਕ ਨੰਬਰ ਤੇ ਆਈਟਮ ਨੰਬਰ 3 ਹੈ ਜੀ ਪ੍ਰਾਈਸ ਇਹਦਾ ਪਵੇਗਾ 9750 ਰੁਪਏ ਜੀ 97 9780 ਸੋਰੀ 9780 only ਹਾਂ ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ surjit ਜੀ ਸਤਿ ਸ੍ਰੀ ਅਕਾਲ ਜੀ gurmeinder ਜੀ ਸਤਿ ਸ੍ਰੀ ਅਕਾਲ ਜੀ shwinder ਜੀ ਸਤਿ ਸ੍ਰੀ ਅਕਾਲ ਜੀ neha ਜੀ ਸਤਿ ਸ੍ਰੀ ਅਕਾਲ ਲੋ ਜੀ ਕੈਚ ਖੁਸਕਟ ਦੇ ਵਿੱਚ ਆਈਟਮ ਆ ਜੀ ਇਹ ਪਿਓਰ ਡੋਲਾ ਸਿਲਕ ਉੱਤੇ ਆਈਟਮ ਆ ਜੀ ਇਹ ਚੀਜ਼ਾਂ ਸਾਰੀਆਂ ਨਵੀਆਂ ਹੁੰਦੀਆਂ ਸਾਡੇ ਕੋਲ ਰੋਜ਼ ਹੀ ਮਾਲ ਨਵੇਂ ਆਉਂਦੇ ਨੇ ਜਿਲੇ ਇਹ ਪਿਓਰ ਸਿਲਕ ਹੈ ਡੋਲਾ ਸਿਲਕ ਜੀ ਇਹਦੇ નીચે ਤਿੰਨ ਤਰ੍ਹਾਂ ਦਾ ਇਸ ਤਰ੍ਹਾਂ ਰਿਬਨ ਹੈ ਫਿਰ ਗੋਟੇ ਦੇ ਨਾਲ ਚੈੱਕ ਬਣਿਆ ਫਿਰ ਰਿਬਨ ਆਏਗਾ ਫਿਰ ਗੋਟੇ ਦਾ ਚੈੱਕ ਹੈ ਫਿਰ ਰਿਬਨ ਆਏਗਾ ਇਸ ਦਾ ਪੂਰੀ ਸਕਰਟ ਹੈਵੀ ਹੈ ਜੀ ਲਈ ਵਾਈਨ ਆਪਣਾ ਮੈਰੂਨ ਕਲਰ ਹੈ ਜੀ ਤੁਹਾਨੂੰ ਥੋੜਾ ਜਿਹਾ ਵਾਈਨ ਤੇ ਨਜ਼ਰ ਆਏਗਾ ਲੇਕਿਨ ਪ੍ਰੋਪਰ ਮੈਰੂਨ ਕਲਰ ਹੈ ਇਹ ਕਾਲੇ ਪੰਦੇ ਉੱਤੇ ਇਹਨਾਂ ਦੀ ਸ਼ਰਟ ਆਏਗੀ ਉਹ ਵੀ ਦੇਖੋ ਸਾਈਜ਼ ਬਹੁਤ ਵੱਡਾ ਹੈ ਜੀ ਜਿੰਨਾ ਮਰਜ਼ੀ ਸਾਈਜ਼ ਬਣਾ ਲਓ ਆਪਾਂ ਇਹ ਵੀਵਿੰਗ ਹੈ ਔਰਗੈਂਜ਼ਾ ਵੀਵਿੰਗ ਦੇ ਵਿੱਚ ਸ਼ਰਟ ਹੈ ਐ ਨੀਚੇ ਬਾਰਡਰ ਆ ਗਿਆ ਔਰਗੈਂਜ਼ਾ ਦੀ ਵੀਵਿੰਗ ਸ਼ਰਟ ਆ ਗਈ ਉਹਦੇ ਉੱਪਰ ਗੋਟੇ ਨਾਲ ਨੈਕ ਸੈਟ ਕੀਤਾ ਹੋ ਫੁੱਲ ਬਾਜੂ ਦੀ ਆਪਸ਼ਨ ਹੈ ਆ ਲੁੱਕ ਪੂਰੇ ਕਨਸੈਪਟ ਦੀ ਬਟੇ neck ਨੀਚੇ ਕਰਦੇ ਬੈਨ ਮੜਾ ਜਾ ਇਦਾਂ ਬਸ ਇੱਥੇ ਰੱਖਦੇ ਬਸ ਨੋ ਜੀ ਦੁਪੱਟਾ ਤਾਂ ਬਹੁਤ ਹੀ ਪਿਆਰਾ ਜੀ ਦਾ ਪਿਓਰ ਅਨਮੋਲ 골ਡ ਦੀ ਵੀਵਿੰਗ ਆ ਸਾਰੀ ਇਹਦੇ ਵਿੱਚ ਵਿੱਚ ਪੂਰਾ ਜਾਲ ਹੈ ਚਾਰੇ ਪਾਸੇ ਇਸ ਤਰ੍ਹਾਂ ਬਾਰਡਰ ਹੈ ਫਿਰ ਉਹਦੇ ਉੱਪਰ ਰਿਬਨ ਦਾ ਸਾਰਾ ਗੋਟੇ ਦਾ ਸਟਾਈਲ ਰਿਬਨ ਲੱਗਿਆ ਹੋਇਆ ਆ ਲੁੱਕ ਆਈਕ ਪੂਰੇ ਆਰਟੀਕਲ ਦੀ ਮੈਰੂਨ ਕਲਰ ਦੇ ਵਿੱਚ ਹੈ ਜੀ ਸੈਮੀ ਸਟਿਚ ਕਨਸੈਪਟ ਹੈ ਆਈਟਮ ਨੰਬਰ 45705700 ਨੈਕਸਟ ਚਲੋ ਜੀ ਲੋਜੀਕ ਹੈ ਮਹਿੰਦੀ ਕਲਰ ਦੇ ਵਿੱਚ ਆਈਟਮ ਆਈ ਜਿਹੜੀ ਪਿਓਰ ਚਨਾਉਂਸ਼ ਫੌਂਦੇ ਉੱਤੇ ਹੈ ਇਹ ਵੀ ਡਬਲ ਲੇਅਰ ਦੇ ਵਿੱਚ ਆਈਟਮ ਬਣੀ ਹੈ ਇਸ ਤਰ੍ਹਾਂ نیچے ਪਹਿਲਾਂ ਚਨਾਉਂਸ਼ ਫੌਂਦੇ ਵਿੱਚ ਪਲੇਨ ਹੈ ਉਹਦੇ નીચે ਗੋਟੇ ਦੀ ਪੇਸਟਿੰਗ ਹੈ ਫਿਰ ਉਹਦੇ ਉੱਪਰ ਏمبرਾਈਟਡ ਬਾਰਡਰ ਦਿੱਤਾ ਸਾਰਾ ਇਹਦੇ ਜਿਹੜੀ ਏمبرਾਈਡਰੀ ਹੈਗੀ ਹੈ ਸਾਰਾ ਰੇਸ਼ਮ ਦਾ ਕੰਮ ਹੈ ਸਿੱਪੀ ਦਾ ਤੇ ਨਾਲ ਨਾਲ ਸ਼ੀਟ ਦਾ ਕੰਮ ਆਏਗਾ ਇਹਦੇ ਵਿੱਚ نیچے ਫਿਰ ਇਸ ਤਰ੍ਹਾਂ ਹੀ ਪੇਸਟਿੰਗ ਹੈ ਇਹ نیچے ਆਏਗਾ ਸਾਰਾ ਸਾਰਾ ਥਾਈ ਤੋਂ نیچے ਜੁਆਇੰਟ ਵਾਲਾ ਇਹ ਸਾਈਜ਼ ਬੜੇ-ਬੜੇ ਨੇ ਸਾਰੇ ਇਹਨਾਂ ਦੀ ਆ ਛੜ ਦੇ نیچے ਬਾਰਡਰ ਇਹੀ ਸੇਮ ਮਟੀਰੀਅਲ ਦੀ ਉੱਪਰ ਸ਼ਰਟ ਬਣੀ ਪੂਰੀ ਲੈਂਥ ਦੇ ਵਿੱਚ ਸਿਰਫ ਉੱਤੇ ਬੈਕ ਦਿੱਤਾ ਹੋਇਆ ਤੇ ਨਾਲ ਬਾਹੂ ਉੱਤੇ ਪੂਰੀ ਹੈਵੀ ਐਮਬਰਾਇਡਰੀ ਹਸਤਾ ਉਹ ਵੀ ਬਾਹੂ ਖੋਲਦੇ ਵੇ ਉੱਪਰ ਬੜੇ ਆ ਦੇਖੋ ਬਾਹੂ ਤੇ ਪੂਰੀ ਐਮਬਰਾਇਡਰੀ ਹੈ ਫਰੰਟ ਐਂਡ ਬੈਕ ਦੇ ਉੱਤੇ ਇਸ ਤਰ੍ਹਾਂ ਆ ਲੁਕਾਈ ਗਈ ਪੂਰੇ ਆਰਟੀਕਲ ਦੀ ਫਿਰ ਦੁਬੱਟਾ ਵੀ ਸੇਮ ਉਦਾਂ ਹੀ ਦੁਬੱਟੇ ਦੇ ਵਿੱਚ ਇਹ ਵੀ ਸੇਮ ਫੈਬਰਿਕ ਵੀ ਯੂਜ਼ ਕੀਤਾ ਚਾਰੇ ਪਾਸੇ ਵਿੱਚ ਪੂਰਾ ਜਾਲ ਦਿੱਤਾ ਐਮਬਰਾਇਡਰੀ ਦਾ ਘੋਟੇ ਦਾ ਰੇਸ਼ਮ ਦਾ ਲੈਦਰ ਪੱਤੀ ਦਾ ਆ ਲੁਕਾਈ ਗਈ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਭਾਜੀ ਕੀ ਨਿਕਲਿਆ ਮਹਿੰਦੀ ਕਲਰ ਹੈ ਇਹ ਲਾ ਆਈਟਮ ਨੰਬਰ 5 ਆ ਜੀ ਸਿਰਫ 5550 ਰੇਟ ਨਿਕਲਿਆ ਦਾ ਨੈਕ ਚਲੋ ਜੀ ਲੋ ਜੀ ਕਿਆ ਕਨਸੈਪਟ ਦੇਖਣਾ ਜੀ ਇਹ ਵੀ ਰੇਪ ਕਟਿੰਗ ਦੇ ਵਿੱਚ ਸਾਰਾ ਪਲਾਜ਼ੋ ਆਏਗਾ ਸਾਰਾ ਜੀ ਇਹਦੇ ਇਸੇ ਪੂਰੇ ਦੋ ਤਰ੍ਹਾਂ ਦੇ ਬਾਰਡਰ ਹੇਠੇ ਪਹਿਲਾਂ ਟੇਪਿੰਗ ਆ ਗਈ ਫਿਰ ਉਹਦੇ ਉੱਪਰ ਡੋਰੀ ਆ ਗਈ ਫਿਰ ਸਾਰਾ ਇਹਦੇ ਵਿੱਚ ਮਲਟੀ ਹੱਡ ਦਾ ਕੰਮ ਹੈ ਸ਼ੀਸ਼ੇ ਦਾ ਰੇਸ਼ਮ ਦਾ ਤੇ ਗੋਟੇ ਪੱਤੀ ਦਾ ਬਜ ਡੋਰੀ ਇਹ niche ਸਾਰਾ ਲੋਰ ਆਏਗਾ ਪੂਰਾ ਇਸ ਤਰ੍ਹਾਂ ਪਲਾਜ਼ੋ ਪਿਓਰ ਚਨਾਉਂਚ ਫੌਂਦੇ ਉੱਤੇ ਆਈ ਜੀ ਇਹਦੇ ਉੱਪਰ ਜਿਹੜੀ ਸ਼ਰਟ ਆਈ ਹੈ ਉਹ ਵੀ ਪਿਓਰ ਚਨਾਉਂਚ ਫੌਂਦੇ ਉੱਤੇ ਆਈ ਜੀ ਬਨਾਰਸੀ ਹੈ ਲੇਕਿਨ ਬਣੀ ਚਨਾਉਂਚ ਫੌਂਦੇ ਉੱਤੇ ਆਈ ਦੀ ਅ ਨੀਚੇ ਬਾਰਡਰ ਸਾਰਾ ਇਹਦੇ ਜਿਹੜਾ ਯੂਜ਼ ਕੀਤਾ ਸਾਰਾ ਉਸਤੇ ਅਨਬ੍ਰੀਕੇਬਲ ਮਿਰਰ ਐਚ ਵੀ ਯੂਜ਼ ਕੀਤਾ ਆ ਔਰ ਇਹਦੇ ਜੀ ਸੇਮ ਜਨਵਰੀ ਕੇਬਲ ਯੂਜ਼ ਨੀਚੇ ਬਨਾਰਸੀ ਚਨਾਉਂ ਦਾ ਫੈਬਰਿਕ ਉੱਪਰ neck ਤੇ ਸਾਰਾ ਹਲਕਾ ਜਿਹਾ ਡੋਰੀ ਨਾਲ ਹੈਂਡਵਰਕ ਵਿਦ ਸ਼ੀਸ਼ਾ ਵਿਦ ਡੋਰੀ ਵਿਦ ਗੋਟਾ ਪ੍ਰੋਪਰ ਗਾਜ਼ਰੀ ਕਲਰ ਇਹਦੇ ਨਾਲ ਦੁਪੱਟਾ ਅਸੀਂ ਦੀ ਰੰਗ ਕੰਟਰਾਸਟ ਜਿਸ ਕਲਰ ਦੀ ਪਾਈਪਿੰਗ ਦਿੱਤੀ ਹੈ neck ਉੱਤੇ ਨਾ ਚੈਰੀ ਕਲਰ ਦੀ ਉਸ ਕਲਰ ਦਾ ਆਏ ਹੋਏ 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 ਦੁਪੱਟਾ ਦੇਖਣਾ ਜੀ ਪੂਰਾ ਫੋਰ ਸਾਈਡ ਦੁਪੱਟਾ ਲੈਦਰ ਪੱਤੀ ਦਾ ਕੰਮ ਔਰ ਇਸ ਟ੍ਰੈਂਗਲ ਦੇ ਵਿੱਚ ਤੇ ਗੋਟੇ ਪਤੀ ਦਾ ਪੂਰਾ ਪਾਊਡਰ ਲੈਦਰ ਪੱਤੀ ਦਾ ਚਾਰੇ ਪਾਸੇ ਪੂਰੀ ਐਮਬ੍ਰੋਇਡਰੀ ਪਿਓਰ ਚਨਾਉਂ ਚਪੋਂ ਤੇ ਸਾਰਾ ਟੋਟਲ ਫੈਬਰਿਕ ਹੀ A to Z ਚਨਾਉਂ ਚਪੋਂ ਦੇ ਵਿੱਚ ਹੈ ਜੀ ਇਹ 9000 ਰੇਟਿੰਗ ਲਈ ਹੈ ਜੀ ਆਈਟਮ ਨੰਬਰ 6 ਨੈਕਸਟ ਲੋ ਜੀ ਹੂੰ ਸੂਪਰ ਪੀਸ ਹੁੰਦੇ ਸਾਡੇ ਕੋਲ ਸਾਰੇ ਜੀ ਜੋ ਜੋ ਲੈ ਕੇ ਆਈਦਾ ਨਵਾਂ ਬਿਲਕੁਲ ਨਵੇਂ ਆਈਟਮਾਂ ਡੇਲੀ ਪਾਰਸਲ ਖੁੱਲਨੇ ਨੇ ਤੇ ਡੇਲੀ ਵੀਡੀਓ ਵਾਸਤੇ ਮਾਲ ਉਹਦੇ ਚੋਂ ਮਤਲਬ 3-4 ਵੀਡੀਓ ਕੱਢ ਦੇ ਦਿਆਂ 20-20 ਪੀਸ ਜਿਹੜੇ ਨਵੇਂ ਆਉਂਦੇ ਨੇ ਆ 3-4 ਫਲੇਅਰ ਦੇ ਵਿੱਚ ਨਾ ਸਕਰਟ ਆਈ ਹੈ ਜੀ ਪਿਸਤਾ ਕਲਰ ਦੇ ਵਿੱਚ ਇੱਕ ਪਹਿਲਾਂ نیچے ਇਸ ਤਰ੍ਹਾਂ ਫਲੇਅਰ ਆ ਗਿਆ ਔਰ ਇੱਥੇ ਡਮੋਂਟਿੰਗ ਦਾ ਕੰਮ ਹੈ ਫਿਰ ਉਹਦੇ ਉੱਪਰ ਗੋਟੇ ਦੀਆਂ ਲਾਈਨਾਂ ਨੇ ਫਿਰ ਉਹਦੇ ਉੱਪਰ ਡਮੋਂਟਿੰਗ ਦਾ ਕੰਮ ਹੈ ਗੋਟੇ ਦੀਆਂ ਲਾਈਨਾਂ ਤੀਸਰੇ ਫਲੇਅਰ ਦੇ ਉੱਤੇ ਫਿਰ ਉਸੇ ਤਰ੍ਹਾਂ ਸੇਮ ਡਮੋਂਟਿੰਗ ਦਾ ਕੰਮ ਤੇ ਗੋਟੇ ਦੀਆਂ ਲਾਈ ਜਿਹੜੀ ਉੱਪਰ ਸ਼ਰਟ ਆਏਗੀ ਉਹ ਚਿਕਨਕਾਰੀ ਦੇ ਵਿੱਚ ਆਏਗੀ ਜਿਹੜੀ ਪਿਓਰ ਚਿਕਨਕਾਰੀ ਦੇ ਵਿੱਚ نیچے ਪੇਸਟਿੰਗ ਉੱਪਰ ਪੂਰੀ ਸ਼ਰਟ نیچے ਪਹਿਲਾਂ ਪੇਸਰੀ ਵਾਲਾ ਬਾਰਡਰ ਆ ਗਿਆ ਫਿਰ ਉਹਦੇ ਉੱਪਰ ਡਬਲ ਪੇਸਰੀ ਵਾਲਾ ਫਿਰ ਉਹਦੇ ਉੱਪਰ ਜ਼ਿਕਜ਼ੈਗ ਆ ਗਿਆ ਬਰਫੀ ਸਟਾਈਲ ਬਾਰਡਰ ਆ ਗਿਆ ਫਿਰ ਉਹਦੇ ਉੱਪਰ ਇਸ ਤਰ੍ਹਾਂ ਬੈਨ ਦੇ ਨਾਲ ਬਟਨ ਆ ਗਏ نیچے ਲੇਸੀਜ਼ ਵਾਲੇ ਇਸ ਤਰ੍ਹਾਂ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਦੁਪੱਟਾ ਪੂਰਾ ਹੈਵੀ ਮੁਕੈਸ਼ ਦਾ ਚਾਰੇ ਪਾਸੇ ਗੋਟਾ ਲੇਸ ਲਾਈਟ 골ਡਨ ਕਲਰ ਦੇ ਵਿੱਚ ਇਹ ਪਿਸਤਾ ਕਲਰ ਦੇ ਵਿੱਚ ਆਇਟਮ ਆਈ ਜੀ ਅਲੀ ਯਾ ਮੀ ਸੈਮੀ ਸਟਿਚ ਹੈ ਜੀ ਲੋਰਸ ਆਪਣਾ ਸਟਿਚ ਹੈ ਦੁਪੱਟਾ ਤਿਆਰ ਹੈ ਸ਼ਰਟ ਸੈਮੀ ਸਿਚ ਸਾਈਜ਼ ਉਹੀ ਆਪਾਂ ਕੋਈ ਵੀ ਸਟਿਚ ਕਰਾ ਸਕਦੇ ਹਾਂ 7 ਨੰਬਰ ਆਈਟਮ 6000 ਓਨਲੀ ਨੈਕਸਟ ਲੋ ਜੀ ਲੋ ਜੀ ਕਿਹੜੀ ਚੀਜ਼ ਸਾਡੀ ਓਨ ਡਿਮਾਂਡ ਦੇ ਉੱਤੇ ਅਸੀਂ ਮੰਗਾਈ ਹੈ ਬਹੁਤ ਅੱਛਾ ਸੇਲ ਹੋ ਰਹੀ ਹੈ ਪਹਿਲਾਂ ਇਹਦੇ ਚ ਹਾਂਜੀ ਲక్ష్ਮੀ ਤਵਾਰੀ ਜੀ ਸਤਿ ਸ੍ਰੀ ਅਕਾਲ ਜੀ ਅਸੀ ਸਤਿ ਸ੍ਰੀ ਅਕਾਲ ਜੀ ਪ੍ਰੀਤੀ ਜੀ ਸਤਿ ਸ੍ਰੀ ਅਕਾਲ ਜੀ ਕਿਰਨਦੀਪ ਜੀ ਸਤਿ ਸ੍ਰੀ ਅਕਾਲ ਲੋ ਜੀ ਇਹ ਸ਼ਰਾਰੇ ਦੇ ਵਿੱਚ ਆਈਟਮ ਆਏਗੀ ਸਾਰੀ ਇਸ ਤਰ੍ਹਾਂ ਥਾਈ ਤੋਂ ਜੁਆਇੰਟ ਕੀਤੀਆਂ ਸਾਰੀਆਂ ਪਲੇਟਸ ਆਣਗੀਆਂ ਇਹਦੇ નીચે ਪੂਰਾ ਡਿਜੀਟਲ ਪ੍ਰਿੰਟ ਦਾ ਪਹਿਲਾ ਬਾਰਡਰ ਹੈ ਅਡਿਸ਼ਨਲ ਪ੍ਰਿੰਟ ਦਾ ਬਾਰਡਰ ਹੈ ਉਹਦੇ ਉੱਪਰ ਲੈਦਰ ਦਾ ਤੇ ਨਾਲ ਨਾਲ ਡੋਰੀ ਘੋਟੇ ਦਾ ਕੰਮ ਆ ਸਾਰਾ ਪਿਓਰ ਚਲੋਂਚੋਂ ਚੋਂ ਤੇ ਇਹ ਲਾ ਸ਼ਰਟ ਵੀ ਸੇਮ ਉਹਦੇ ਸੁੱਚੇ ਘੋਟੇ ਦੀ ਸ਼ਾਟਾ ਸਾਰਾ ਜੀ ਇਹ ਲਾ ਔਰ ਓਰੀਜਨਲ ਘੋਟਾ ਸਾਰਾ ਜੀ ਇਹ ਲਾ ਜਿਹੜਾ ਵਾਈਬੇਟ ਮਿਲਦਾ ਸੀ ਉਹ ਘੋਟਾ ਪਿਓਰ ਲੱਗਿਆ ਸਾਰਾ ਦੋ ਤਰ੍ਹਾਂ ਦੇ ਘੋਟੇ ਦੇ ਬਾਰਡਰ ਨੇ ਤਿੰਨ ਤਰ੍ਹਾਂ ਦੇ ਇੱਕ ਲਾਈਟ ਹੈ ਇੱਕ ਉਸ ਤੋਂ ਥੋੜਾ ਜਿਹਾ ਹੈਵੀ ਹੈ ਇੱਕ ਇਸ ਤੋਂ ਥੋੜਾ ਜਿਹਾ ਹੈਵੀ ਹੈ ਨੀਚੇ ਵੀ ਇਸ ਬਾਰਡਰ ਸ਼ਰਟ ਦੇ ਉੱਤੇ origignal ਕੁੰਦਨ ਦਾ ਕੰਮ ਹੈ ਜਲਾ ਪੂਲ ਕੀ ਕੁੰਦਨ ਦਾ ਕੰਮ ਹੈ ਇਸ ਤਰ੍ਹਾਂ ਹੀ ਬਾਜੂ ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਅਨਮੋਲ ਦੀਪ ਜੀ ਸਤਿ ਸ਼੍ਰੀ ਅਕਾਲ ਦੁਪੱਟਾ ਵੀ ਸੇਮ ਡਿਜੀਟਲ ਪ੍ਰਿੰਟ ਤੇ ਲੈਂਥ ਵਾਲੀ ਸਾਈਡ ਤੇ ਦੋਨੇ ਪਾਸੇ ਐਮਬਰਾਇਡਰੀ ਚਾਰੇ ਪਾਸੇ ਪੇਸਟਿੰਗ ਆਏਗੀ ਪੱਕੀ ਲੇਸ ਆ ਲੋਕ ਆਏਗੀ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਕੀ ਨਿਕਲਿਆ ਅੱਜ ਦੀ ਵੀਡੀਓ ਦੀ ਆਈਟਮ ਨੰਬਰ ਇਹ 8 ਹੈ ਜੀ ਪ੍ਰਾਈਸ ਇਹਦਾ ਪਏਗਾ 5200 ਰੁਪਏ ਜੀ ਨੈਕਚਰ ਹੋएगी ਲੋ ਜੀ ਕਿਹ ਕਨਸੈਪਟ ਆਏਗਾ ਸਾਰਾ embroiderry ਦੇ ਵਿੱਚ ਆਈਟਮ ਆਏਗੀ ਸਾਰਾ ਸ਼ੀਟ ਦਾ ਕੰਮ ਹੈ ਲੈਦਰ ਦਾ ਕੰਮ ਹੈ ਪੂਰੇ نیچے embroiderry ਦੇ ਵਿੱਚ ਬਾਰਡਰ ਨੇ ਸਾਰੇ ਜਿਹੜੇ ਹੈ ਵੀ ਤੇ ਉੱਪਰ ਜਿਹੜੀ ਆਪਣਾ ਸ਼ਾਰਲੇ ਦੇ ਉੱਪਰ ਜਿਹੜਾ ਬਾਰਡਰ ਥਾਈ ਤੱਕ ਆਏਗਾ ਸਾਰਾ ਪੂਰਾ ਹੈਵੀ embroiderry ਵਾਲਾ ਮਤਲਬ ਅਪ ਟੂ ਨੀਸ ਤੱਕ ਪੂਰੀ embroiderry ਹੈ ਰਿਚ 22 ਤੱਕ ਪੂਰਾ ਜੁਆਇੰਟੜਾ ਆਏਗਾ ਪੂਰਾ ਫੁੱਲ ਏਮਬਰਾਇਡਰਡ ਹੈ ਆ ਦੇਖੋ ਇਹ ਚੜਾ ਕੰਮ ਕੀਤਾ ਸਾਰਾ ਸਿੱਪੀ ਦਾ ਸ਼ੀਟ ਦਾ ਤੇ ਨਾਲ ਨਾਲ ਡੋਰੀ ਦਾ ਕੰਮ ਹੈ ਸਾਰਾ ਇਹਦੇ ਵਿੱਚ ਇਹ ਲੋਰ ਤੇ ਪੂਰੀ ਏਮਬਰਾਇਡਰੀ ਆ ਗਈ ਸ਼ਰਟ ਦੇ ਉੱਤੇ ਸੇਮ ਬਾਰਡਰ ਜਿਵੇਂ ਨੀਚੇ ਲੋਰ ਦੇ ਪੂਰਾ ਹੈਵੀ ਬਾਰਡਰ ਹੈ ਸੇਮ ਬਾਰਡਰ ਇਸ ਤਾਈਂ ਉਹਦੇ ਜਵਾਬੀ ਬਾਰਡਰ ਦਿੱਤਾ ਸ਼ਰਟ ਦੇ ਘੇਰੇ ਤੇ ਜਿਵੇਂ ਲਾਈਨਾਂ ਦਿੱਤੀਆਂ ਏਮਬਰਾਇਡਰੀ ਦੀਆਂ ਉਹ ਸੇਮ ਸ਼ਰਟ ਦੇ ਉੱਪਰ ਲਾਈਨਾਂ ਨੇ ਇਸ ਤਾਈਂ ਏਮਬਰਾਇਡਰੀ ਦੀਆਂ ਉੱਪਰ ਵਿੱਚ ਸ਼ੀਟ ਦਾ ਕੰਮ ਹੈ ਤੇ ਬੈਨ ਨੱਕ ਹੈ ਬਾਹੂ ਤੇ ਇਸ ਤਰ੍ਹਾਂ ਟ੍ਰਾਇੰਗਲ ਬੂਟੀ ਤੇ ਰਾਉਂਡਿੰਗ ਦਾ ਨਾਲ ਇਹਦੇ ਆਲੋਕ ਕਾਈ ਕੀ ਲਾਈਟ ਮਹਿੰਦੀ ਕਲਰ ਦੇ ਵਿੱਚ ਭਾਜੀ ਦੁਪੱਟਾ ਖੋਲੋ ਜਰਾ ਇਹ ਸਾਰਾ ਜਿਹੜਾ ਫੈਬਰਿਕ ਹੈ ਏ ਟੂ ਜ਼ेड ਡੋਲਾ ਸਿਲਕ ਦਾ ਫੈਬਰਿਕ ਹੈ ਦੁਪੱਟਾ ਨਾਲ ਅਸੀਂ ਦਿੱਤਾ ਹੈ ਇਹ ਪਿਓਰ ਔਰਗੈਂਜ਼ਾ ਦਾ ਜੀ ਇਸ ਦਾ ਔਰਗੈਂਜ਼ਾ ਦਾ ਦੁਪੱਟਾ ਲੈਂਥ ਵਾਲੀ ਸਾਈਡ ਤੇ ਪੂਰੀ ਐਮਬਰਾਇਡਰੀ ਹੈ ਦੇ ਵਿੱਚ ਲੋ ਜੀ ਆਲੋਕ ਕਾਈ ਕੀ ਪੂਰੇ ਆਰਟੀਕਲ ਦੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 9 ਹੈ ਜੀ ਪ੍ਰਾਈਸ ਪਏਗਾ 9000 ਰੁਪਏ ਦਾ ਬਹੁਤ ਐਕਸਕਲੂਸਿਵ ਚੀਜ਼ਾਂ ਸਾਰੀਆਂ ਜਿਹੜੀਆਂ ਲੋ ਜੀ ਕਿਆ ਦੇਖਣਾ ਜੀ ਇਹ ओरिजिनल ਪੀਸ ਆਏ ਨੇ ਸਾਰੇ ਇਹਲੇ ਜਿਹੜੇ ਆਪਣੇ ਮਤਲਬ 30 35 35000 ਦੇ ਪੀਸ ਸਾਰੇ ਨੇ ਉਹ ਵੀ ਵੇਚ ਰਹੇ ਆ ਅਸੀਂ ਐਸੀ ਗੱਲ ਨਹੀਂ ਜੀ ਕਿ ਉਹ ਨਹੀਂ ਵੇਚਦੇ ਉਹਨਾਂ ਦੀ ਆਪਣੀ ਵੈਲਿਊ ਹੈ ਇਹ ਅਫਗਾਨੀ ਸਲਵਾਰ ਦੇ ਨਾਲ ਆਈ ਚ ਇਸ ਤਰ੍ਹਾਂ ਇਹਦੇ نیچے ਪਹਿਲਾਂ ਪਹੁੰਚੇ ਤੇ ਬਾਰਡਰ ਆਇਆ ਡੋਰੀ ਦਾ ਉੱਪਰ ਇਹ ਤੇ ਮੋਟੇ ਬੰਨੇ ਪੇਸਲੀ ਨੇ ਤਿੰਨ ਪਿੰਕ ਗਰੇ ਤੇ ਪਿੰਕ ਦੇ ਨਾਲ ਇਸ ਤਰ੍ਹਾਂ ਇਹ ਅਫਗਾਨੀ ਬਾਟਮ ਦੇ ਵਿੱਚ ਚਲੌਂਚ ਪੌਂਦੀ ਸਲਵਾਰ ਹੈ ਮਤਲਬ ਇਹ ਤੇ ਨਾਲ ਇਹ ਦਿਸਦਾ ਸ਼ਾਰਟ ਅਨਾਰਕਲੀ ਵਿਦ ਸਕੈਲਪਿੰਗ ਦੇ ਵਿੱਚ ਇਹ ਫਸਟ ਟਾਈਮ ਮੈਡਮ ਲਾਂਚ ਹੋਈ ਜੀ ਇਹ ਲਈ ਆਨੇ ਕੋ ਸਾਰੀ ਪਹਿਲਾਂ نیچے ਸਕੈਲਪਿੰਗ ਹੈ ਇਹ ਪੂਰੀ embroiderry ਹੈ ਸਕੈਲਪਿੰਗ ਦੇ ਨਾਲ ਫਿਰ ਉਹਦੇ ਉੱਪਰ ਪੈਚਿੰਗ ਹੈ ਪਿੰਕ ਕਲਰ ਤੇ ਗ੍ਰੇ ਕਲਰ ਤੇ ਗ੍ਰੀਨ ਕਲਰ ਦੇ ਨਾਲ ਤਿੰਨ ਤਰ੍ਹਾਂ ਦੀ ਪੈਚਿੰਗ ਨੇ ਉੱਪਰ ਫਿਰ ਉਹਦੇ ਉੱਪਰ ਐਂਟੀਕ ਡੋਰੀ ਦਾ ਕੰਮ ਹੈ ਸਾਰਾ ਇਸ ਤਰ੍ਹਾਂ ਦੇਖੋ ਸ਼ਰਟ ਦੇ ਕਿਰੇ ਤੇ ਕਲੀਆਂ ਨੇ ਸ਼ੋਲਡਰ ਤੋਂ ਲੈ ਕੇ ਫਿਰ ਉੱਪਰ ਆਏਗਾ ਲੌਂਗ ਨੈਕ ਵੀ ਸ਼ੇਪ ਦੇ ਵਿੱਚ ਉਹਦੇ ਉੱਪਰ ਤਿੰਨ ਤਰ੍ਹਾਂ ਦੀ ਪੈਚਿੰਗ ਹੈ ਗ੍ਰੇ ਪਿੰਕ ਤੇ ਪੀਚ ਦੀ ਇਸਦਾ ਇਹ ਫੁੱਲ ਬਾਜ਼ੂ ਦੇ ਉੱਤੇ ਪੇਜ਼ਲੀ ਸਟਾਈਲ ਹੈ ਬੈਕ ਉੱਤੇ ਵੀ ਸੇਮ ਇਦਾਂ ਹੀ ਬਰੌਂਚ ਇਦਾਂ बॉਟਮ ਉੱਤੇ ਹੈ ਬਿਲਕੁਲ ਐਕਸਕਲੂਸਿਵ ਚੀਜ਼ਾਂ ਨੇ ਜੀ ਨਾਲ ਨਾਲ ਆਰਡਰ ਕਰੀ ਚਲੋ ਪਲੀਜ਼ ਕਿਉਂਕਿ ਲਿਮਟਡ ਸਟਾਕ ਹੁੰਦੇ ਨੇ ਨਾਲ ਨਾਲ ਨਿਕਲ ਜਾਂਦੇ ਨੇ ਇਹ ਲੈ ਜੀ ਦੁਪੱਟਾ ਇਹ ਰੇ ਦੇ ਰਹੀ ਸੀ ਕੰਟਰਾਸਟ ਜੀ ਫਰੋਜ਼ੀ ਕਲਰ ਮੰਗੇਓ ਕਲਰ ਤੇ ਗਾਜ਼ਰੀ ਕਲਰ ਦੇ ਵਿੱਚ ਆ ਦੁਪੱਟੇ ਦੇ ਚਾਰੇ ਪਾਸੇ ਪੂਰੀ ਐਮਬਰਾਇਡਰੀ ਆਏਗੀ ਇਸ ਤਾ ਦੇਖੋ ਇਸ ਤਾ ਇੱਕ ਫਰੋਜ਼ੀ ਕਲਰ ਆ ਗਿਆ ਇੱਕ ਹੌਟ ਪਿੰਕ ਆ ਗਿਆ ਇੱਕ ਪਿੰਕ ਆ ਗਿਆ ਤੇ ਇੱਕ ਮੰਗੋ कलर ਆ ਗਿਆ ਚਾਰ ਤਰ੍ਹਾਂ ਦੀ ਫੋਰ ਡਾਈਨਗ ਦਾ ਤਰ੍ਹਾਂ ਦੁਪੱਟਾ ਇਹਦੇ ਬਿਲਕੁਲ ਐਕਸਕਲੂਸਿਵ ਹੈ ਦੁਪੱਟੇ ਦੇ ਵੀ ਪੂਰੀ ਏਮਬਰਾਇਡਰੀ ਹੈ ਸਕੈਲਪਿੰਗ ਹੈ ਪੈਚਿੰਗ ਹੈ ਡੋਰੀ ਦਾ ਕੰਮ ਹੈ ਆਈਟਮ ਨੰਬਰ 10 ਹੈ ਜੀ ਪ੍ਰਾਈਸ ਇਹਦਾ ਪਵੇਗਾ 11250 ਰੁਪਏ ਜੀ ਬਹੁਤ ਐਕਸਕਲੂਸਿਵ ਚੀਜ਼ਾਂ ਸਾਰੀਆਂ ਜਿਹੜੀਆਂ ਉਹ ਲੈਂਦਾ ਨਹੀਂ ਸਮਾਨ ਆਇਆ 578 ਦਾ 0578 ਦਾ ਸਮਾਨ ਰੱਖਿਆ ਹੈ ਆਪਾਂ ਹਣਾ ਹੇ ਬਲੈਕ ਸੂਟ। ਹੂੰ। ਨਹੀਂ ਹੋ ਰਹੀ। ਹੂੰ। ਲੈ ਨਾ ਸਮਾਂ। ਇਹ ਤਾਂ ਉਰੇ ਉੜ ਰਿਹਾ ਤੇ ਅਸਿਕ। ਲਓ ਜੀ ਕੀ ਚੀਜ਼ ਆ ਗਈ? ਸ਼ੀਟ ਦੇ ਕੰਮ ਦੇ ਵਿੱਚ ਆਈਟਮ ਆਈ ਕਿਸ ਤਾਂ ਹੀ ਇਹ। ਇਹ ਇਹ ਰੈਡੀ ਟੂ ਵੇਅਰ ਕਨਸੈਪਟ ਆਈ ਹੈ। ਇਹ ਡੂਪੀਓਨ ਸਿਲਕ ਦਾ ਨੀਚੇ ਲੋਰ ਹੈ। ਔਰ ਇੱਥੇ ਪੂਰੀ ਐਮਬਰਾਇਡਰੀ ਹੈ। ਬਿਲਕੁਲ ਜਿਵੇਂ ਕਿਸੇ ਦਾ ਆਫ-ਵਾਈਟ ਬਣਾਉਣ ਦਾ ਮਨ ਹੈ ਨਾ ਤੇ ਪੀਸ ਬਹੁਤ ਪਿਆਰਾ। ਬਿਲਕੁਲ ਸਲੀਕ ਜਿਹਾ ਕੰਮ ਹੈ। ਇਹ ਸਿਰਫ ਨੀਚੇ ਬਾਰਡਰ ਆ ਗਿਆ। ਹਲਕੀ-ਹਲਕੀ ਬੂਟੀ ਆਏਗੀ ਦੋਨੋਂ ਲੈਗਸ ਤੇ ਪੂਰੀ ਐਮਬਰਾਇਡਰੀ ਹੈ ਦੇਖੋ ਇਹਦੇ ਵਿੱਚ। ਔਰ ਸਫਾਈ ਦਾ ਕੰਮ ਹੈ ਬਿਲਕੁਲ ਐਸਾ ਠੀਕ ਹੈ ਜੀ ਇਹ نیچے ਪਲਾਜ਼ੋ ਆ ਗਿਆ ਨਾਲ ਇਹਦੇ ਅਸਾਂ ਸ਼ਾਰਟ ਪੈਪਲਮ ਆਏਗਾ ਸ਼ਾਰਟ ਵੀ ਨਹੀਂ ਲੌਂਗ ਪੈਪਲਮ ਆਇਆ ਇਹ ਆ ਦੇਖੋ ਸਟਮਿਕ ਦਾ ਪੂਰਾ ਤੇ ਪੂਰੀ ਐਮਬਰਾਇਡਰੀ ਆਏਗੀ نیچے ਸਾਰੀਆਂ ਪਲੇਟਸ ਲੱਗੀਆਂ ਫੁੱਲ ਬਾਜੂ ਤੇ ਫਰੰਟ ਐਂਡ ਬੈਕ ਪੂਰੀ ਐਮਬਰਾਇਡਰੀ ਹੈ ਤੇ ਮੋਸਟਲੀ ਨਾ ਇਦਾਂ ਦੇ ਆਈਡੀਆ ਦੁਪੱਟੇ ਤੋਂ ਬਿਨਾ ਆਉਂਦੇ ਨਹੀਂ ਲੇਕਿਨ ਅਸੀਂ ਨਾਲ ਇਹਦੇ ਦੁਪੱਟੇ ਵੀ ਤਿਆਰ ਕਰਾਏ ਨੇ ਨਾਲ ਪਲਾਜ਼ੋ ਆ ਗਿਆ ਫੁੱਲੀ ਸ਼ਰਟ ਆ ਗਈ ਇਹ ਪੂਰਾ ਰੈਡੀ ਵੇਅਰ ਦੇ ਵਿੱਚ ਕਨਸੈਪਟ ਹੈ ਜੀ ਇਹਦਾ ਦੁਪੱਟਾ ਇਹਦਾ ਬਹੁਤ ਪਿਆਰਾ ਜੀ ਪਿਓਰ ਆਰਗੈਂਜ਼ਾ ਦਾ ਜੀ ਦੁਪੱਟਾ ਨਾਲ ਹੈ ਇਹ ਤਿੰਨ ਤਰ੍ਹਾਂ ਦੇ ਫੈਬਰਿਕ ਨੇ ਕਲਰ ਪ੍ਰੋਪਰ ਹੈ ਇਹ ਨੀਚੇ ਡੋਲਾ ਸਿਲਕ ਆ ਗਿਆ ਜੀ ਚਰਨ ਛਪੋਂ ਦੀ ਸ਼ਰਟ ਆ ਗਈ ਆਰਗੈਂਜ਼ਾ ਦੀ ਚੁੰਨੀ ਆ ਗਈ ਫੋਰ ਸਾਈਡ ਐਮਬਰਾਇਡਰੀ ਦੇ ਵਿੱਚ ਦਿਵ ਸਰਪ੍ਰਾਈਜ਼ ਕੀ ਨਿਕਲਿਆ ਆਈਟਮ ਨੰਬਰ 11 ਸਿਰਫ 7500 ਰੈਡੀ ਟੂ ਵੇਅਰ ਪੀਸ ਹੈ ਜੀ ਇਹ ਲਾ ਨੈਕਸਟ ਜੀ ਲੋਜੀ ਨੈਕਸਟ ਆਏਗਾ ਮਹਿੰਦੀ ਕਲਰ ਦੇ ਵਿੱਚ ਇਹ ਵੀ ਰੈਡੀਮੇਡ ਦੇ ਵਿੱਚ ਆਈ ਜੀ ਅਲੀ ਇਹਦੇ ਚ ਪਹਿਲਾਂ ਮਹਿੰਦੀ ਆਇਆ ਫਿਰ ਰੈੱਡ ਆਇਆ ਸੀ ਉਸ ਤੋਂ ਪਹਿਲਾਂ ਫਿਰ ਬ੍ਰਾਊਨ ਆਇਆ ਸੀ ਅੱਜ ਫਿਰ ਮਹਿੰਦੀ ਕਲਰ ਆਇਆ ਇਹ ਸਾਰਾ ਨਾ ਡੋਰਾ ਡੋਰੀ ਦਾ ਕੰਮ ਹੈ ਰੇਸ਼ਮ ਦਾ ਡੋਰਾ ਡੋਰੀ ਹੈ ਰੇਸ਼ਮ ਦਾ ਕੰਮ ਹੈ ਉਹਦੇ ਵੀ ਉੱਪਰ ਨਾਲ ਨਾਲ ਸੀਕੁਐਂਸ ਦਾ ਕੰਮ ਹੈ ਸਾਰਾ نیچے ਬਾਰਡਰ ਉਹਦੇ ਉੱਪਰ ਪੂਰਾ ਬੂਟੀ ਕਨਸੈਪਟ ਫਿਰ ਥਾਈ ਦੇ ਜੋਇੰਟ ਦੇ ਉੱਤੇ ਬਾਰਡਰ ਆਏਗਾ ਸ਼ਰਟ ਆਏਗੀ ਨਾਲ ਸੇਮ ਚਨੌਂ ਚਫੋਂਦੀ ਉਹਦੇ ਨੀਚੇ ਹੈਵੀ ਬਾਰਡਰ ਉਹਦੇ ਉੱਪਰ ਇਸ ਤਰ੍ਹਾਂ ਬੂਟੇ ਆਣਗੇ ਵਿਦ ਕੜਤਾਣੇ ਨਾਲ ਉੱਪਰ ਹੈਗਾ ਰਾਉਂਡਿੰਗ neck ਦੇ ਵਿੱਚ ਸਾਰੀ embroidery ਇਸ ਤਾਂ ਫੁੱਲ ਬਾਜ਼ੂ ਹੈਵੀ ਬਾਰਡਰ ਲਾਈਟ weight neck نیچے ਬਾਰਡਰ ਦੁਪੱਟਾ ਨਾਲ ਇਹਦੇ ਫੋਰ ਸਾਈਡ ਲਾਈਟ weight ਬਾਰਡਰ ਜਿੱਦਾਂ نیچے ਲੋਰ ਦੇ ਉੱਤੇ ਬਾਰਡਰ ਹੈ ਸੇਮ ਦੁਪੱਟੇ ਦੇ ਚਾਰੇ ਪਾਸੇ ਨਾਲ ਬਾਰਡਰ ਇਹ ਟੋਟਲ A to Z ਪਿਓਰ ਚਨਾਉਂ ਚੁਵੰਦਾ ਫੈਬਰਿਕ ਹੈ ਇਹ ਵੀ ਰੈਡੀमेड ਦੇ ਵਿੱਚ concept ਆਈ ਹੈ ਇਹ ਸਟਿਚਿੰਗ ਤੁਸੀਂ ਮਤਲਬ ਅਲਟਰੇਸ਼ਨ ਤੁਸੀਂ ਆਪ ਕਰਾਣੀ ਹੈ ਪ੍ਰਾਈਸ ਇਹਦਾ ਹੈਗਾ ਜੀ 4460 ਰੁਪਏ ਆਈਟਮ ਨੰਬਰ 12 ਨੈਕਸਟ ਲੋ ਜੀ ਲੋਜੀ ਕੀ ਹੈ ਦੇਖੋ ਪੈਪਲਮ ਪਰਪਲ ਦੇ ਆਈਟਮ ਆਇਆ ਜੀ येलो ਕਲਰ ਆਇਆ ਸੀ ਪਹਿਲਾਂ ਅੱਜ ਪੀਚ ਕਲਰ ਆਇਆ ਕਦੇ ਗਾਜ਼ਰੀ ਆ ਜਾਂਦਾ ਬਹੁਤ ਐਕਸਕਲੂਸਿਵ ਹੈ ਜੀ ਪੀਚ ਕਲਰ ਦਾ ਨੀਚੇ ਪੂਰਾ ਹੈਵੀ ਇਹ ਇਹ ਇੱਕ ਕਰਾਰਾ ਆਏਗਾ ਸਾਰਾ ਜੀ ਥਾਈ ਤੇ ਜੋਇੰਟ ਵਾਲਾ ਨੀਚੇ ਬਾਰਡਰ ਆਏਗਾ ਸਾਰਾ ਗੋਟੇ ਪਤੀ ਦਾ ਵਿਦ ਲੈਦਰ ਨਾਲ ਉਹਦੇ ਉੱਪਰ ਪੈਪਲਮ ਸ਼ਰਟ ਆਏਗੀ ਇਸ ਤਰ੍ਹਾਂ ਸਟੋਮਿਕ ਤੋਂ ਨੀਚੇ ਕਲੀਆਂ ਉੱਪਰ ਬੋਡੀ ਵੀ ਹੈਵੀ ਹੈ ਲੇਕਿਨ ਬੋਡੀ ਉੱਪਰ neck ਤੇ ਸਾਰਾ ਹੈਂਡਵਰਕ ਦਿੱਤਾ ਹੈ ਦਬਕੇ ਦਾ ਕੜਦਾਨੇ ਦਾ ਨੋਟ ਦਾ ਤੇ ਨਾਲ ਨਾਲ ਸੀਕੁਐਂਸ ਦਾ ਬਟੇ ਬੈਕ ਵੀਕ باندې ਫਿਰ ਬੈਕ ਉੱਤੇ ਵੀ ਪੂਰੀ ਪਲੇਟਸ ਦੇ ਕੰਮ ਆਏਗਾ ਸਟੋਮਿਕ ਤੋਂ نیچے ਫਲੇਅਰ ਦੇ ਵਿੱਚ ਲੋ ਜੀ ਦੁਬੱਟਾ ਵੀ ਦੋ ਪਾਈ ਰਹਾ ਇਹਦਾ ਨਾਲ ਪਿਓਰ ਚਨੌਂਚਪੌਂ ਦੇ ਨਾਲ ਦੁਬੱਟਾ ਵੀ ਬਹੁਤ ਪਿਆਰਾ ਹੈ ਜੀ ਇਹ ਅੱਪ ਚੇ ਕਰਦਾ ਝੋਟੀ ਯਾਰ ਲੋ ਜੀ ਦੁਬੱਟੇ ਤੇ ਪੂਰਾ ਜਾਲ ਹੈ ਜੀ ਪਿਓਰ ਚਨੌਂਚਪੌਂ ਦਾ ਦੁਬੱਟਾ ਟੋਟਲ ਸਾਰਾ ਫੈਬਰਿਕ ਹੀ ਚਨੌਂਚਪੌਂ ਦਾ ਹੈ ਇਹਦਾ ਤੇ ਲੋ ਜੀ ਪ੍ਰਾਈਸ ਕੀ ਆਈਟਮ ਨੰਬਰ 13 ਜੀ ਇਹਦਾ ਪ੍ਰਾਈਸ ਪਵੇਗਾ 7050 7050 ਨੈਕਸਟ ਲੋ ਜੀ ਜੋ ਜੇ ਕਿ ਆ ਵੀ ਥਾਈ ਤੇ ਜੋਇੰਟ ਵਾਲੇ ਸ਼ਾਰਰ ਦੇ ਵਿੱਚ ਆਈਟਮ ਆਈ ਹੈ ਬਹੁਤ ਪਿਆਰਾ ਪੀਸ ਹੈ ਇਹਦਾ ਲਾਈਟ ਲਾਈਮ ਗ੍ਰੀਨ ਜਿਹਾ ਕਲਰ ਆ ਉਹਦੇ ਉੱਪਰ ਯੈਲੋਇਸ਼ ਗੋਲਡਨ ਕਲਰ ਦੀ ਐਮਬ੍ਰਾਇਡਰੀ ਆ ਸਾਰਾ ਰੇਸ਼ਮ ਦਾ ਕੰਮ ਹੈ ਪੂਰਾ ਜਾਲ ਆ ਪੂਰਾ ਰੇਸ਼ਮ ਦਾ ਕੰਮ ਆ ਔਰ ਉੱਪਰ 0 ਨੰਬਰ ਦੀ ਸੀਕਵੈਂਸ ਆ نیچے ਚਾਰ ਤਰ੍ਹਾਂ ਦੇ ਬਾਰਡਰ ਨੇ ਐਮਬ੍ਰਾਇਡਰੀ ਵਾਲੇ ਇਸ ਤਰ੍ਹਾਂ ਇਹ ਸਾਰੀਆਂ ਲਾਈਨਾਂ ਨੇ ਬਰੀਕ-ਪਰੀਕ ਐਮਬ੍ਰਾਇਡਰੀ ਦੀਆਂ ਮੈਂ ਦੇਖੋ ਪੂਰੀ ਐਮਬ੍ਰਾਇਡਰੀ ਫਰੰਟ ਐਂਡ ਬ੍ਰੈਕ ਲੋਰ ਦੇ ਉੱਤੇ ਪੂਰੀ ਪਿਓਰ ਚਨਾਉਂਸ਼ ਫੋਨ ਦੇ ਵਿੱਚ ਸੇਮ ਕਲਰ ਦੀ ਨਾਲ ਇਹਦੇ ਪੈਪਲਮ ਸ਼ਰਟ ਆਏਗੀ ਇਹ ਜਿਹੜੀ ਪੈਪਲਮ ਦੇ ਵਿੱਚ ਨਾ ਇਹ ਜਿਹੜਾ ਜੋਇਟ ਆ ਦੀ ਸ਼ੋਲਡਰ ਤੋਂ ਹੁੰਦਾਈ ਸਾਰਾ ਸ਼ੋਲਡਰ ਤੋਂ ਕਲੀਆਂ ਸਾਰਾ ਹੈਂਡਵਰਕ neck ਉਤੇ ਰਿਚ ਇਹ ਰੇਪ ਕਟਿੰਗ ਦੇ ਵਿੱਚ ਆਏਗਾ ਸਾਰਾ نیچے ਨਾ ਜਿੰਨਾ ਜਿੰਨਾ نیچے ਜਾਏਗਾ ਪੂਰਾ ਫਲੇਅਰ ਆ ਜਾਏਗਾ نیچے ਬਾਰਡਰ ਆ ਗਿਆ ਉੱਪਰ ਬੂਟੀ ਆ ਗਈ neck ਤੇ ਸਾਰਾ ਹੈਂਡਵਰਕ ਆ ਗਿਆ ਇਹਦੇ ਵਿੱਚ ਦੁਪੱਟਾ ਨਹੀਂ ਬੜਾ ਜਿਹਾ ਤੇ ਦੁਪੱਟਾ ਨਾਲ ਜਿਸ ਕਲਰ ਦੀ ਵੈਰਾਈਟੀ ਹੈ ਨਾ 골ਡਨ ਜਾਂ ਗ੍ਰੀਨ ਕਲਰ ਦੀ ਉਸੇ ਕਲਰ ਦਾ ਨਾਲ ਦੁਪੱਟਾ ਪਿਓਰ オーਰਗਾਂਜ਼ਾ ਦੇ ਵਿੱਚ ਫੁੱਲ ਐਮਬਰਾਇਡਡ ਚਾਰੇ ਪਾਸੇ ਬਾਰਡਰ ਕੰਟਰਾਸਟ ਪੈਚਿੰਗ ਆਲੂਕਾਇ ਕੀ ਪੂਰੇ ਆਰਟੀਕਲ ਦੀ ਲਾਈਟ ਗ੍ਰੀਨਿਸ਼ ਦੇ ਨਾਲ 골ਡਨ ਕੰਟਰਾਸਟ ਦੇ ਵਿੱਚ ਆਈਟਮ ਹੈ 14 ਨੰਬਰ ਆਈਟਮ ਪ੍ਰਾਈਸ 9950 ਰੁਪਏ ਜੀ ਦਾ ਲੋਜਿਕ ਕੀ ਚਲਾਈਗੀ ਪੇਸਟਲ ਬਲੂ ਕਲਰ ਦੇ ਵਿੱਚ ਆਈਟਮ ਆਈ ਇਸ ਸਾਰੀਆਂ ਨਾ ਕਲੀਆਂ ਆndੀਆਂ ਨੇ ਇਹ ਸਕਰਟ ਹੈ ਉਪਰੋਂ 벨ਟ ਤੋਂ ਕਲੀ ਸ਼ੁਰੂ ਹੁੰਦੀ ਪਿਓਰ ਜੌਰਜਟ ਹੈ ਜੀ ਇਹ ਨੀਚੇ ਟਾਫਟਾ ਸਾਰਟਨ ਟਾਫਟਾ ਸਭ ਕੁਝ ਲੱਗਿਆ ਹੁੰਦਾ ਵਾ ਇਹਦੇ ਵਿੱਚ ਤੁਸੀਂ ਕੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਫਾਇਲ ਜਰੀ ਹੈ ਜੀ ਇਹਦੀ ਜਿਹੜਾ ਚੌਰਸ ਲਾਈਨ ਬਣੀ ਹੋਈ ਹੈ ਇਹ ਨੀਚੇ ਰੇਸ਼ਮ ਦੇ ਨਾਲ ਨਾਲ ਸ਼ੀਟ ਦਾ ਕੰਮ ਹੈ ਇਹ ਸਾਰਾ ਫਾਇਲ ਜਰੀ ਦੇ ਨਾਲ ਫਿਰ ਰੇਸ਼ਮ ਦੇ ਨਾਲ ਸ਼ੀਟ ਦਾ ਕੰਮ ਹੈ ਨਾਲ ਵਿੱਚ ਵਿੱਚ ਹਲਕਾ ਜਾਂ ਰੇਸ਼ਮ ਦਿੱਤਾ ਸਾਰਾ ਉੱਪਰ ਜ਼ਿਗਜ਼ੈਗ ਐਮਬਰਾਇਡਰੀ ਹੈ ਸਾਰੀਆਂ ਕਲੀਆਂ ਨੇ ਇਸ ਕੱਟ ਦੇ ਵਿੱਚ ਪੂਰਾ ਹੈਵੀ ਫਰੰਟ ਸੇਮ ਇਹਦੀ ਬੈਕ ਸ਼ਰਟ ਆਏਗੀ ਪੂਰੀ ਹੈਵੀ نیچے ਬਾਰਡਰ ਆਏਗਾ ਸਾਰੇ ਇਹਦੇ ਵਿੱਚ ਉਹਦੇ ਉੱਪਰ ਵੀ ਮੈਟ ਰੇਸ਼ਮ ਦਾ ਤੇ ਸ਼ੀਟ ਦਾ ਕੰਮ ਆਏਗਾ ਬਾਰਡਰ ਇਸ ਦਾ ਪਿਓਰ ਜਾਰਜਟ ਉੱਤੇ ਸੇਮ ਬੂਟੀ ਦਾ ਕਨਸੈਪਟ neck ਦੇ ਉੱਤੇ ਸਾਰਾ ਦਬਕੇ ਦਾ ਕੰਮ ਹੈ ਜਿਹੜਾ ਤੇ ਦੁਪੱਟੇ ਦੇ ਲੈਂਥ ਵਾਲੀ ਸਾਈਡ ਦੇ ਉੱਤੇ ਪੂਰੀ ਸਕੈਲਪਿੰਗ ਹੈ ਤੇ ਚਾਰੇ ਪਾਸੇ ਬਾਰਡਰ ਹੈ ਵਿੱਚ ਪੂਰੀ ਉਰੇ ਵਿੱਚ ਬੂਟੀ ਆਏਗੀ ਆਲਓਵਰ ਆਲੋ ਕਾਏਗੀ ਪੂਰੇ ਕਨਸੈਪਟ ਦੀ ਮਨਪ੍ਰੀਤ ਗਿਲਜੀ ਸਤਿ ਸ੍ਰੀ ਅਕਾਲ ਜੀ ਨਿਸ਼ਾਈ ਸਤਿ ਸ੍ਰੀ ਅਕਾਲ ਆਈਟਮ ਨੰਬਰ 15 ਜੀ ਪ੍ਰਾਈਸ ਪਏਗਾ 7500 ਰੁਪਏ ਸਿਰਫ ਇਹਦਾ ਲੋਜੀਕ ਕੀ ਦੇਖਣਾ ਬਨਾਰਸੀ ਦੇ ਵਿੱਚ ਨਾਲ-ਨਾਲ ਪਿਓਰ ਔਰਗੈਂਜ਼ਾ ਦੇ ਉੱਤੇ ਵੀਵਿੰਗ ਦਾ ਕੰਮ ਸਾਰਾ ਇਹਦੇ ਵਿੱਚ ਇਹ ਔਰਗੈਂਜ਼ਾ ਵੀਵਿੰਗ ਬੋਲਦੇ ਨੂੰ ਸਾਰੀ ਇਸ ਤਰ੍ਹਾਂ ਹੀ ਇਹਦੀ ਇਹ ਸਾਰੀ ਨਾ ਵੀਵਿੰਗ ਹੁੰਦੀ ਹੈ ਇਹਦੇ ਵਿੱਚ ਔਰਗੈਂਜ਼ਾ ਵੀਵ ਹੁੰਦੀ ਹੈ ਫੈਬਰਿਕ ਜਿਹੜਾ ਹੈਗਾ ਡੋਲਾਸ ਲੱਗਦਾ ਉਹਦੇ ਉੱਪਰ ਮੋਟੇ ਬਣੇ ਨੇ ਐਮਬ੍ਰਾਇਡਰੀ ਸਾਰੇ ਰੇਸ਼ਮ ਦੇ ਜ਼ਰੀ ਵਾਲੇ ਰੇਸ਼ਮ ਦੇ ਇਸ ਨੀਚੇ ਪਲਾਜ਼ੋ ਆਏਗਾ ਕਲੀਆਂ ਵਾਲਾ ਪੂਰੀ ਐਮਬ੍ਰਾਇਡਰੀ ਹੈ ਗੋਟੇ ਦੀ ਨੀਚੇ ਸਾਰਾ ਜ਼ਰੀ ਵਾਲਾ بیس ਆਏਗਾ ਉਹਦੇ ਉੱਪਰ ਜ਼ਰੀ ਤੇ ਰੇਸ਼ਮ ਦੀ ਪੂਰੀ ਐਮਬਰਾਇਡਰੀ ਤਿੰਨ ਕਲੀਆਂ ਫਰੰਟ ਤੇ ਨੇ ਤਿੰਨ ਕਲੀਆਂ ਬੈਕ ਤੇ ਤੇ ਉੱਪਰ ਸਾਰਾ ਵੀਵਿੰਗ ਦੇ ਵਿੱਚ ਜ਼ਰੀ ਆਏਗੀ ਜਿਹੜੀ ਸ਼ਰਟ ਆਏਗੀ ਉਹ ਪਿਓਰ ਚਨਾਉਂਸਪੋਨ ਦੇ ਵਿੱਚ ਹੈ ਬਨਾਰਸੀ ਤੋਂ ਦੇ ਨੀਚੇ ਪਿਓਰ ਬਨਾਰਸੀ ਬਾਰਡਰ ਆਏਗਾ ਐਕਸਟਰਾ ਹੈਂਡਵਰਕ ਬਿਲਕੁਲ オリジナル ਸ਼ੀਸ਼ੇ ਦਾ ਕੰਮ ਆਏਗਾ ਸ਼ੀਸ਼ਾ ਬਹੁਤ ਚੱਲ ਰਿਹਾ ਹੈ ਸ਼ੀਸ਼ੇ ਦਾ ਕੰਮ ਹੈ ਪਿਓਰ ਧੱਪਕੇ ਦਾ ਕੰਮ ਆਏਗਾ ਨਾਟ ਦਾ ਕੰਮ ਆਏਗਾ ਤੇ ਲਾਈਟ ਸੀ ਗ੍ਰੀਨ ਕਲਰ ਦਾ ਕੜਦਾਨਾ ਜੂਸ ਕੀਤਾ ਹੋਇਆ ਹੈ ਇਸ ਦੇ ਵਿੱਚ ਬਹੁਤ ਐਕਸਕਲੂਸਿਵ ਹੈ ਦੁਪੱਟਾ ਫਿਰ ਚਾਰੇ ਪਾਸੇ ਇਸ ਤਾਈਂ ਫਾਇਲ ਬਨਾਰਸੀ ਦਾ ਪੱਲਿਆਂ ਤੇ ਹੈਵੀ ਬਾਰਡਰ ਹੈ ਚਾਰੇ ਪਾਸੇ ਡਬਲ ਬਾਰਡਰ ਹੈ ਵਿੱਚ ਪੂਰੇ ਮੋਟਿਫ ਜਿੱਦਾਂ ਸ਼ਰਟ ਤੇ ਪਲਾਜ਼ੋ ਉੱਤੇ ਨੇ ਰੇਸ਼ਮ ਵਿਦ ਜ਼ਰੀ ਵਾਲੇ ਫੈਬਰਿਕ ਦੇ ਆ ਲੋਕ ਪੂਰੇ ਆਰਟੀਕਲ ਦੀ ਆਏਗੀ ਦਿਓ ਜੀ ਪ੍ਰਾਈਸ ਕਿੰਨੀ ਹੈ ਵਿੜੇ ਦਾ ਆਈਟਮ ਨੰਬਰ ਇਹ 16 ਜੀ ਪ੍ਰਾਈਸ ਪਏਗਾ 10850 ਰੁਪਏ ਦਾ ਜੀ ਲੋਜੀ ਕੈਚ ਦੇਗੀ ਪਿਓਰ ਚਨੌਂਸਫੋਂ ਦੇ ਉੱਤੇ ਸਾਰਾ ਡੋਰੀ ਦਾ ਕੰਮ ਆਏਗਾ ਇਹਦੇ ਵਿੱਚ ਲੈਦਰ ਦਾ ਕੰਮ ਆਏਗਾ ਜ਼ਿਗਜ਼ੈਗ ਐਮਬਰਾਇਡਰੀ ਆਏਗੀ ਨਾਲ ਇਹਦੇ ਡੋਰੀ ਦਾ ਕੰਮ ਸਾਰਾ ਪੂਰੀ ਇਸਤਾਂ نیچے ਪਲਾਜ਼ੋ ਪੜਾ ਸ਼ਰਾਰਾ ਆਏਗਾ ਸਾਰਾ ਥਾਈ ਤੇ ਜੁਆਇੰਟ ਉਹਦੇ ਉੱਪਰ ਬਾਰਡਰ ਪੂਰਾ ਫਰੰਟ ਅਰੈਸਟ ਕਲਰ ਵੀ ਬਹੁਤ ਪਹਿਰਾਇਆ ਲਾ ਪਿਓਰ ਚਨੌਂਸਫੋਂ ਦੇ ਉੱਤੇ ਸੇਮ ਸ਼ਰਟ ਉਹਦੇ نیچے ਸੇਮ ਡੋਰੀ ਬੂਟੀ ਇਸਤਾਂ ਜੀ ਬਾਰਡਰ ਉੱਪਰ ਪੂਰੀ ਸਿੰਗਲ ਬੂਟੀ ਨੈਕ ਉੱਤੇ ਟੋਟਲ ਸਾਰਾ ਡੋਰੀ ਵਿਦ ਲੈਦਰ ਦਾ ਰਾਉਂਡਿੰਗ ਨੈਕ ਫੁੱਲ ਬਾਜੂ ਦੀ ਆਪਸ਼ਨ ਉਹਦੇ નીચે ਵੀ ਬોર્ਡਰ ਆ ਲੁੱਕ ਪੂਰੇ ਆਰਟੀਕਲ ਦੀ ਆਏਗੀ ਦੁਪੱਟਾ ਆਏਗਾ ਸੇਮ ਚਲੌਂਚ ਫੋਨ ਦਾ ਦੁਪੱਟਾ ਉਹ ਵੀ 4 ਸਾਈਡ এমਬਰਾਇਡਰੀ ਦੇ ਵਿੱਚ ਗੋ ਜੀ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਰਸਟ ਕਲਰ ਹੈ ਜੀ ਇਹਨਾਂ ਪ੍ਰੋਪਰ ਰਸਟ ਕਲਰ ਦਾ ਹੁੰਦਾ ਆਈਟਮ ਨੰਬਰ 17 ਸਿਰਫ 4460 ਰੁਪਏ ਜੀ ਬਹੁਤ ਐਕਸਕਲੂਸਿਵ ਚੀਜ਼ਾਂ ਸਾਰੀਆਂ ਜਿਹੜੀਆਂ ਲੋ ਜੀ ਤੁਹਾਨੂੰ ਹੋਰ ਕੀ ਦਿਖਾਰਾਂ ਕੰਟਰਾਸਟ ਦੇ ਵਿੱਚ ਆਈਟਮ ਆਈ ਜੀ ਕਾਪਰ ਇੰਟੂ ਬਲੈਕ ਦੇ ਵਿੱਚ ਆਈਟਮ ਆਈ ਜਾਣੀ ਕਾਪਰ ਕਲਰ ਚਰੋਨਚ ਫੋਨ ਦਾ ਫੈਬਰਿਕ ਹੈ ਇਹ ਲਾ ਉਹਦੇ ਉੱਪਰ ਜਿਹੜੀ ਐਮਬਰਾਇਡਰੀ ਹੈ ਉਹ ਬਲੈਕ ਕਲਰ ਦੀ ਹੈ ਜੀ ਸਾਰੀ ਇਹ ਬਲੈਕ ਕਲਰ ਦੀ ਪੂਰੀ ਐਮਬਰਾਇਡਰੀ ਹੈ ਉਹਦੇ ਉੱਪਰ ਇਹ ਜਿਹੜਾ ਕੰਮ ਹੈਗਾ ਉਹ ਸਿਪੀ ਦਾ ਕੰਮ ਹੈ ਸਾਰਾ ਇਹ ਲਾ ਆ ਦੇਖੋ ਇੱਕ ਬਾਰਡਰ ਪਹਿਲਾਂ نیچے ਆ ਗਿਆ ਫਿਰ ਹੈਵੀ ਬਾਰਡਰ ਆ ਗਿਆ ਫਿਰ ਉਹਦੇ ਵਿੱਚ ਓਪਨ ਬਾਰਡਰ ਆ ਗਿਆ ਉਹਦੇ ਉੱਪਰ ਫਿਰ ਡਬਲ ਬਾਰਡਰ ਸੇਮ ਹੋ ਜਦਾਂਗੇ ਇਹਵੇਂ نیچے ਆਏਗਾ ਇਹ ਸਾਰਾ ਕਲੀਆਂ ਵਾਲਾ ਪਲਾਜ਼ੋ ਆਏਗਾ ਉੱਪਰ ਆਏਗੀ ਪੈਪਲਮ ਇਹ ਦੇਖਾ ਦੇਖੋ ਥੋੜਾ ਜਿਆਦਾ ਜੋਇੰਟ ਰੱਖ ਬਸ 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 ਇੱਥੇ ਆ ਦੇਖੋ ਪੈਪਲਮ ਸ਼ਰਟ ਇਹਦੇ ਸਾਈਜ਼ 4 ਸੇਮ ਕਾਪਰ ਦੇ ਉੱਤੇ ਪਹਿਲਾਂ نیچے ਜਾਲ ਆ ਗਿਆ ਸੇਮ نیچے ਆਪਾਂ ਪਲਾਜ਼ੋ ਦੇ ਬਣਿਆ ਉਹਦੇ ਉੱਪਰ ਇਸ ਤਾ ਜਿਓਮੈਟ੍ਰੀਕਲ ਬਣਿਆ ਡਿਜ਼ਾਈਨ ਉਹਦੇ ਪਰ ਬੂਟੀ ਵਾਲਾ ਫਿਰ ਸੇਮ ਨਾਲ ਨੈਕ ਵਿਦ ਡੋਰੀ ਦੇ ਨਾਲ ਦੁਪੱਟਾ ਕਰੋ ਭਾਈ ਇਹਦਾ ਫੁੱਲ ਜਾਲ ਦੁਪੱਟੇ ਦਾ ਚਾਰੇ ਪਾਸੇ ਹੈਵੀ ਬਾਰਡਰ ਆ ਲੋ ਕਾਹੀ ਕੀ ਪੂਰੇ ਆਰਟੀਕਲ ਦੀ ਜੀ ਇਹ ਰੈਡੀ ਟੂ ਵੇਅਰ ਆਈਟਮ ਹੈ ਜੀ ਆਈਟਮ ਨੰਬਰ 18 ਪ੍ਰਾਈਸ ਪਏਗਾ 9150 ਰੁਪਏ ਜੀ ਦਾ ਨੋ ਜੀ ਦੋ ਤਿੰਨ ਪੀਸ ਤਾਂ ਹੋਰ ਦਿਖਾ ਕੇ ਫਿਰ ਸਮਾਪਤੀ ਕਰਨੀ ਹੈ ਇਹ ਕੈਚ ਲਈ ਪਿਓਰ ਜਾਰਜਟ ਦੇ ਉੱਤੇ ਜੀ ਇਹ ਮਤਲਬ ਆਪਣਾ ਡਿਜੀਟਲ ਪ੍ਰਿੰਟ ਆ ਸਾਰਾ ਜਿਲਾ ਡਿਜੀਟਲ ਦੇ ਉੱਤੇ ਪਹਿਲਾਂ ਸਾਰੀ ਪ੍ਰਿੰਟਿੰਗ ਆ ਪਿਓਰ ਜਾਰਜਟ ਦੇ ਉੱਤੇ ਉਹਦੇ ਨੀਚੇ ਚਾਰ ਤਰ੍ਹਾਂ ਦੇ ਗੋਟੇ ਦੇ ਬਾਰਡਰ ਨੇ ਵੀ ਥਾਈ ਤੇ ਜੋਇੰਟ ਵਾਲਾ ਪੀਸ ਆਏਗਾ ਉੱਪਰ ਆਏਗੀ ਨਾਲ ਇਹਦੇ ਪਿਓਰ ਜਾਰਜਟ ਦੀ ਡਿਜੀਟਲ ਦੀ ਸ਼ਰਟ ਉਹਦੇ ਨੀਚੇ ਗੋਟੇ ਦੀ ਲਾਈਨਿੰਗ ਆ ਸੇਮ ਚਾਰ ਤਰ੍ਹਾਂ ਦੇ ਬਾਰਡਰ ਦੇ ਵਿੱਚ ਤੇ ਉੱਪਰ ਇਹਦੇ ਹਸਤਾ ਨੈੱਕ ਆਏਗਾ ਵਿਦ ਜੈਪੁਰ ਦੀ ਐਮਬਰਾਇਡਰੀ ਉਹ ਡਾਡਰ ਤੇ ਦੁਪੱਟਾ ਵੀ ਬਹੁਤ ਐਕਸਕਲੂਸਿਵ ਅਸਰ ਆਇਆ ਦਾ ਆ ਲੋਕਾਈ ਕੀ ਪੂਰੇ ਆਰਟੀਕਲ ਦੀ ਆਈਟਮ ਨੰਬਰ 19 ਹੈ ਜੀ ਪ੍ਰਾਈਸ ਪਏਗਾ 4600 ਰੁਪਏ ਜੀ ਸਿਰਫ 2200 ਲਓ ਜੀ ਲਾਸਟ ਪੀਸ ਤੁਹਾਨੂੰ ਸ਼ੋ ਕਰ ਰਿਹਾ ਐ ਵੀ ਉਹੀ ਵੀਰ ਨੂੰ ਮੰਗ ਰਿਹਾ ਮੈਂ ਆ ਖਾਣਾ ਚੱਲ ਸਕਦਾ ਮੈਂ ਮੇਰੇ ਨਾਲ ਆ ਜੀ ਸਿਆ ਸੰਕੇ ਨਹੀਂ ਹੋਗਾ ਦਾ ਲੋ ਇਹ ਆਪਣਾ ਡਾਰਕ ਪੀਚ ਕਲਰ ਦੇ ਉੱਤੇ ਗ੍ਰੇ ਕਲਰ ਦੀ ਐਮਬਰਾਇਡਰੀ ਆ نیچے ਪਹਿਲਾਂ ਇੱਕ ਲੈਦਰ ਦੀ ਸ਼ੀਟ ਆਏਗੀ ਫਿਰ ਰੇਸ਼ਮ ਦਾ ਕੰਮ ਫਿਰ ਫਲਾਵਰ ਦੇ ਨਾਲ ਨਾਲ ਸ਼ੀਟ ਦਾ ਕੰਮ ਆਏਗਾ ਸਾਰਾ ਇਸ ਤਾਂ ਹੀ ਫਿਰ ਉਹਦੇ ਉੱਪਰ ਇਸ ਤਰ੍ਹਾਂ ਬੱਲੀਆਂ ਸਟਾਈਲ ਆਈਟਮ ਆਏਗੀ ਸਾਰੀ ਛੜੀ ਪੈਟਰਨ ਦੇ ਵਿੱਚ ਫਿਰ ਉਹਦੇ ਉੱਪਰ ਜ਼ਿਗਜ਼ੈਗ ਇਸ ਤਰ੍ਹਾਂ ਸਕੈਲਪਿੰਗ ਦੇ ਵਿੱਚ ਨਾਲ ਪੂਰਾ ਹੈਵੀ ਮੋਟਿਫ ਇਹਦੇ ਚ ਉੱਪਰ ਅਸਾਂ ਡਾਰਕ ਪੀਚ ਕਲਰ ਦੀ ਸ਼ਰਟ ਆ ਉਪਰੋਂ ਨੈਕ ਸੈਟਿੰਗ ਆ ਗਈ ਫਰੂਫਰੋਂ ਕਲੀਆਂ ਆ ਗਈਆਂ ਸਾਰੀਆਂ ਸਟਮਿਕ ਤੋਂ نیچے ਸਾਰੀ ਜ਼ਿਗਜ਼ੈਗ ਐਮਬਰਾਇਡਰੀ ਉਸ ਤੋਂ نیچے ਫਿਰ ਇੱਕ ਬਾਰਡਰ ਸਾਰਾ ਫਲੇਅਰ ਦੇ ਵਿੱਚ ਸਤਾਇਆ ਦਾ ਤੇ ਬੈਕ ਦਿੱਤੇ ਲਾਈਟ ਬਾਰਡਰ ਹੈ ਉਹ ਵੀ ਬਹੁਤ ਐਕਸਕਲੂਸਿਵ ਬਾਰਡਰ ਹੈ ਸਾਰਾ ਇਹਦਾ ਤੇ ਦੁਪੱਟਾ ਨਾਲ ਇਹਦੇ ਫੋਰ ਸਾਈਡ ਦੁਪੱਟਾ ਔਰ ਇਹ ਤੇ ਪੂਰੀ ਐਮਬਰਾਇਡਰੀ ਹੈ ਪੂਰੀ ਬੂਟੀ ਕਨਸੈਪਟ ਆਇਆਗਾ ਇਹਦਾ ਤੇ ਦਿਓ ਜੀ ਪ੍ਰਾਈਸ ਕਿੰਨੇ ਗਿਆ ਬਟੇ ਦਾ ਅੱਜ ਦੀ ਵੀਡੀਓ ਦੇ ਆਈਟਮ ਨੰਬਰ 20 ਹੈ ਜੀ ਪ੍ਰਾਈਸ ਇਹਦਾ ਪਵੇਗਾ 6000 ਇਹ ਵੀ ਰੈਡੀ ਟੂ ਵੇਅਰ ਹੈ ਜੀ ਇਹਦਾ ਹਾਂਜੀ ਬਟਾ ਨੰਬਰ ਦੱਸੋ ਇੱਕ ਵਾਰੀ ਤੁਸੀਂ ਇਹਦਾ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਜਿਹਨ ਇਸ ਸਟੋਰ ਦੇ ਨੰਬਰ ਨੇ ਤਿੰਨਾ ਨੰਬਰਾਂ ਤੇ ਵਟਸਐਪ ਚੱਲਦਾ ਤੁਹਾਨੂੰ ਜੋ-ਜੋ ਚੰਗਾ ਲੱਗਦਾ ਪਿਕ ਭੇਜ ਕੇ ਤੁਸੀਂ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਓਕੇ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਜੀ